ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਅੱਠਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਤੋਂ ਆਪ ਸਾਰੀਆਂ ਸੰਗਤਾਂ ਨਿੱਤਾ ਪ੍ਰਤੀ ਦੀ ਵਾਂਗ ਅੱਜ ਵੀ ਗੁਰੂ ਕੇ ਕੀਰਤਨੀਆਂ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਦੇ ਆਨੰਦ ਮਾਨਣ ਉਪਰੰਤ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿੱਚੋਂ ਬਸੰਤ ਰਾਗ ਅੰਦਰ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਚੌਥਾ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਸਨਮਾਨਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਵਾਲਿਆਂ ਪਾਸੋਂ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਦੀ ਮਿਹਰਾਮਤ ਦਾ ਸਦਕਾ ਇਸ ਪਾਵਨ ਪਵਿੱਤਰ ਸ਼ਬਦ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਦਾਸਰੇ ਨੂੰ ਗੁਰਫਤਿਹ ਰਾਹੀਂ ਆਸੀਸ ਬਖਸ਼ਿਸ਼ ਕਰੋ ਜੀ। ਪਿਆਰ ਸਤਿਕਾਰ ਨਾਲ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਬਾਣੀ ਜਿਹੜੀ ਹੈ ਸਿੱਖ ਧਰਮ ਦੇ ਬਾਨੀ ਜਿਨ੍ਹਾਂ ਦਾ ਇਸ ਸਾਲ 550 ਸਾਲਾ ਆਗਮਨ ਪੁਰਬ, ਮੇਰੇ ਕਹਿਣ ਤੋਂ ਮੁਰਾਦ ਜਾਹਰ ਪੀਰ ਜਗਤ ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਉਦਾਸੀਆਂ ਦੇ ਸਮੇਂ ਉਦਾਸੀ ਤੋਂ ਭਾਵ ਜਿਹੜੀਆਂ ਪ੍ਰਚਾਰ ਫੇਰੀਆਂ ਸਨ, ਉਸ ਸਮੇਂ ਗੁਰਦੇਵ ਪਿਤਾ ਜੀ ਨੇ ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ ਅਤੇ ਇੱਕ ਗੱਲ ਇਹ ਸਾਧ ਸੰਗਤ ਚੇਤੇ ਰੱਖਣ ਵਾਲੀ ਹੈ, ਮੇਰੇ ਗੁਰਦੇਵ ਪਿਤਾ ਜੀ ਨੇ 15 ਜਿਹੜੇ ਭਗਤ ਨੇ ਉਹਨਾਂ ਦੀ ਬਾਣੀ ਇਸ ਲਈ ਥਾਂ ਥਾਂ 'ਤੇ ਜਾ ਕੇ ਉਹਨਾਂ ਦੇ ਜਿਹੜੇ ਅਨੁਯਾਈ ਸਨ ਉਹਨਾਂ ਕੋਲੋਂ ਇਸ ਲਈ ਪ੍ਰਾਪਤ ਕੀਤੀ, ਆਪਣੇ ਕੋਲ ਸੰਭਾਲ ਕੇ ਰੱਖੀ, ਕਿਉਂਕਿ ਸਤਿਗੁਰੂ ਗੁਰਦੇਵ ਪਿਤਾ ਜੀ ਦੇ ਸਿਧਾਂਤ ਨਾਲ ਭਗਤ ਸਾਹਿਬਾਨਾਂ ਦੀ ਬਾਣੀ ਵਿੱਚ ਵੀ ਜੋ ਵਿਚਾਰਧਾਰਾ ਆਈ ਹੈ ਉਹ ਮੇਲ ਖਾਂਦੀ ਹੈ। ਐਸਾ ਨਹੀਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਾਂ ਹੋਰ ਗੁਰੂ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਉਹਨਾਂ ਦੀ ਕੋਈ ਵਿਚਾਰਧਾਰਾ ਵੱਖਰੀ ਹੈ ਅਤੇ ਭਗਤ ਸਾਹਿਬਾਨਾਂ ਦੀ ਵਿਚਾਰਧਾਰਾ ਕੋਈ ਵੱਖਰੀ ਹੈ। ਇਹ ਗੱਲ ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਜਿਹੜੀ ਹੈ ਇੱਕ ਤੋਂ ਹੋਈ ਹੈ
ਤੇ ਗੁਰਮਤਿ ਅੰਦਰ ਸਿਧਾਂਤ ਵੀ ਇਹੀ ਕੰਮ ਕਰਦਾ ਏ। ਨਾਨਕ ਕਹਿ ਘਰ ਕੇਵਲ ਨਾਮ ਦੀ ਗੱਲ ਹੈ। ਕਈ ਵਾਰੀ ਅਸੀਂ ਜਿਹੜੀਆਂ ਐਸੀਆਂ ਪੌਰਾਣਿਕ ਜਿਹੜੀਆਂ ਗਾਥਾਵਾਂ ਨੇ, ਜਦੋਂ ਅਸੀਂ ਭਗਤ ਸਾਹਿਬਾਨਾਂ ਦੀ ਬਾਣੀ ਵਿੱਚੋਂ, ਇਹ ਕੇਵਲ ਭਗਤ ਸਾਹਿਬਾਨਾਂ ਨੇ ਹੀ ਪੌਰਾਣਿਕ ਗਾਥਾਵਾਂ ਦਾ ਜ਼ਿਕਰ ਨਹੀਂ ਕੀਤਾ, ਜਿਵੇਂ ਕਿ ਅੱਜ ਦੇ ਇਸ ਸ਼ਬਦ ਵਿੱਚ ਭਗਤ ਪ੍ਰਹਿਲਾਦ ਜੀ ਦੇ ਸੰਬੰਧ ਵਿੱਚ ਹੀ ਸਾਰਾ ਕੁਝ ਹੈ। ਭਗਤ ਕਬੀਰ ਜੀ ਨੇ ਭਗਤ ਪ੍ਰਹਿਲਾਦ ਜੀ ਦੇ ਮੁੱਖ ਤੋਂ ਹੀ ਇਹ ਸਾਰਾ ਕੁਝ ਕਹਿਲਵਾਇਆ ਹੈ। ਭਗਤ ਦੀ ਭਗਤਾਂ ਦੀ ਬਾਣੀ ਵਿੱਚ ਹੋਰ ਵੀ ਅਨੇਕਾਂ ਥਾਵਾਂ 'ਤੇ ਹੋਰ ਵੀ ਪੌਰਾਣਿਕ ਗਾਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਭਗਤ ਪ੍ਰਹਿਲਾਦ ਜੀ ਦੇ ਸੰਬੰਧ ਵਿੱਚ, ਅਤੇ ਜਦੋਂ ਆਸਾ ਕੀ ਵਾਰ ਦੀ ਆਪਾਂ ਹੁਣੇ ਸੰਪੂਰਨ ਤੱਕ ਹੋਈ, ਜਿੱਥੇ 24 ਪੌੜੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਪਿਤਾ ਜੀ ਦੇ ਆਪਾਂ ਸ਼ਲੋਕ ਸਰਵਨ ਕਰਦੇ ਹਾਂ, ਉੱਥੇ ਮੇਰੇ ਚੌਥੇ ਪਾਤਸ਼ਾਹ ਜੀ ਦੇ ਆਸਾ ਰਾਗ ਵਿੱਚ ਹੀ ਉਚਾਰਨ ਕੀਤੇ ਹੋਏ 6 ਛੰਤ ਨੇ। ਉਹਨਾਂ ਦੇ 24 ਪਦੇ ਨੇ, ਇੱਕ ਇੱਕ ਛੰਤ ਵਿੱਚ 4 ਪਦੇ ਨੇ, ਅਤੇ ਉਸ ਅਖੀਰਲੇ ਜਿਹੜੇ 6ਵੇਂ ਛੰਤ ਦਾ 4ਵਾਂ ਪਦਾ ਹੁਣੇ ਹੀ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਨ ਕਰਵਾ ਕੇ ਗਏ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਇੱਥੇ ਅਖੀਰ 'ਤੇ ਜਾ ਕੇ ਹਰੀ ਵੱਲ ਇਸ਼ਾਰਾ ਕੀਤਾ ਹੈ। ਇਗਜ਼ਾਮਪਲ ਉਦਾਹਰਨ ਜਿਹੜੀ ਹੈ ਉਹ ਭਗਤ ਪ੍ਰਹਿਲਾਦ ਜੀ ਦੀ ਦਿੱਤੀ ਹੈ ਗੁਰੂ ਰਾਮਦਾਸ ਪਿਤਾ ਜੀ ਨੇ। ਇਸੇ ਤਰ੍ਹਾਂ ਹੀ ਸੋਰਠ ਰਾਗ ਅੰਦਰ ਜਦੋਂ ਅਸੀਂ ਅਸ਼ਟਪਦੀਆਂ ਦਾ ਪਾਠ ਕਰਦੇ ਹਾਂ, ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਨੇ ਵੀ ਫੁਰਮਾਨ ਕੀਤਾ ਹੈ, ਭਗਤਾਂ ਕੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰਨਾਕਸ਼ ਮਾਰ ਪਚਾਇਆ। ਇੱਕ ਵਾਰੀ ਨਹੀਂ ਬਲਕਿ ਅਨੇਕਾਂ ਵਾਰੀ ਹੀ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਆਇਆ ਹੈ। ਕਿਉਂਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਇਸ ਗੱਲ 'ਤੇ ਮੋਹਰ ਨਹੀਂ ਲਾਉਂਦੇ ਵੀ ਇਹ ਜਿਹੜੀ ਗਾਥਾ ਹੈ ਇਹ ਕੋਈ ਵੀ ਇਹ ਸੱਚਾਈ ਜਾਂ ਇਹ ਗਲਤ ਜਾਂ ਇਹ ਸਹੀ, ਐਸਾ ਨਹੀਂ। ਗਲਤ ਮਤਲਬ ਤਾਂ ਇਹ ਹੈ ਕਿ ਇਹਦੇ ਵਿੱਚੋਂ ਸਾਨੂੰ ਸਿੱਖਿਆ ਕਿਹੜੀ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਇਸ ਸ਼ਬਦ ਦਾ ਸਮੁੱਚਾ ਭਾਵ ਪੜਾਂਗੇ ਨਾ, ਤੇ ਇਹਦਾ ਭਾਵ ਇਹੀ ਨਿਕਲਦਾ ਹੈ ਕਿ ਜਿਹੜੇ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ, ਕਿਉਂਕਿ ਪਰਮਾਤਮਾ ਦੇ ਵਿੱਚ ਜਿੱਥੇ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਪਰਮਾਤਮਾ ਦੇ ਉਹਨਾਂ ਗੁਣਾਂ ਵਿੱਚੋਂ ਇੱਕ ਗੁਣ ਹੈ ਨਿਰਭਉ, ਤੇ ਜਿਹੜਾ ਵੀ ਇਸ ਨਿਰਭਉ ਪਰਮਾਤਮਾ ਦੀ ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ, ਉਹਦੇ ਗੁਣ ਹੈ ਨਾ, ਨਿਰਭਉ ਇੱਕ ਗੁਣ ਹੈ। ਜੇ ਉਸੇ ਹੀ ਗੁਣ ਨੂੰ ਅਸੀਂ ਵੀ ਆਪਣੇ ਹਿਰਦੇ 'ਚ ਵਸਾ ਲਵਾਂਗੇ ਅਤੇ ਯਾਦ ਰੱਖਿਓ, ਫਿਰ ਅਸੀਂ ਵੀ ਨਿਰਭਉ ਹੋ ਜਾਵਾਂਗੇ। ਨਿਰਭਉ ਜਪੈ ਸਗਲ ਭਉ ਮਿਟੈ, ਜਾਂ ਸੋਦਰ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਨਿਰਭਉ ਸੰਗ ਤੁਮਾਰੇ ਬਸਤਾ ਇਹ ਡਰਨ ਕਹਾਂ ਤੇ ਆਇਆ, ਜਦੋਂ ਤੇਰੇ ਨਾਲ ਨਿਰਭਉ ਕਰਤਾ ਅਕਾਲ ਪੁਰਖ ਵਾਹਿਗੁਰੂ ਵਸਦਾ ਏ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਤੈਨੂੰ ਡਰ ਕਾਹਦਾ, ਕਿਉਂ ਤੂੰ ਡਰਦਾ ਏ। ਇਸ ਲਈ ਅੱਜ ਦੇ ਇਸ ਵਿਚਾਰ ਅਧੀਨ ਸ਼ਬਦ ਦੀ ਜਿਹੜੀ ਰਹਾਓ ਵਾਲੀਆਂ ਪੰਕਤੀਆਂ ਨੇ, ਵਿਚਾਰ ਆਪਾਂ ਉੱਥੋਂ ਆਰੰਭ ਕਰਨੀ ਹੈ ਤੇ ਭਗਤ ਕਬੀਰ ਜੀ
ਰਹਾਓ ਵਾਲੇ ਪਦੇ ਰਾਹੀਂ ਸਮਝਾਉਂਦੇ ਹੋਏ ਫੁਰਮਾਨ ਕਰਦੇ ਨੇ, ਨਹੀਂ ਛੋਡੋ ਰੇ ਬਾਬਾ, ਰਾਮ ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ। ਇਹ ਰਹਾਓ ਵਾਲਾ ਪਦਾ ਹੈ। ਜਿੰਨਾ ਵੀ ਸ਼ਬਦਾਂ ਵਿੱਚ ਰਹਾਓ ਵਾਲੇ ਪਦੇ ਆਉਂਦੇ ਨੇ, ਤੁਸੀਂ ਵੇਖਿਓ ਉਹ ਪਦਾ ਕਦੀ ਗਿਣਤੀ ਵਿੱਚ ਸ਼ੁਮਾਰ ਨਹੀਂ ਹੁੰਦਾ। ਰਹਾਓ ਦਾ ਜਿਹੜਾ ਅੱਖਰੀ ਅਰਥ ਵਿਦਵਾਨਾਂ ਨੇ ਇਹੀ ਕੀਤਾ, ਠਹਿਰਾਓ, ਜਿਹੜਾ ਰੁਕੋ, ਇੱਥੇ ਵਿਸ਼ਰਾਮ ਦਿਓ, ਇਹਨੂੰ ਵਿਚਾਰੋ ਚੰਗੀ ਤਰ੍ਹਾਂ। ਭਾਵੇਂ ਇਹਦੇ ਨਾਲ ਏਕਾ ਪਿਆ ਹੋਵੇ, ਭਾਵੇਂ ਇੱਥੇ ਏਕਾ ਪਿਆ ਹੈ, ਕਈ ਥਾਵਾਂ 'ਤੇ ਇੱਕ ਨਹੀਂ ਵੀ ਪਿਆ ਹੁੰਦਾ, ਪਰ ਫਿਰ ਵੀ ਬਾਕੀ ਪਦੇ ਇਹ ਸ਼ਬਦ ਦੇ ਪੰਜ ਪਦੇ ਨੇ। ਪਰ ਇਹਨਾਂ ਪੰਜਾਂ ਪਦਿਆਂ ਵਿੱਚੋਂ ਰਹਾਓ ਵਾਲਾ ਪਦਾ ਇੱਕ ਵੱਖਰਾ ਹੈ। ਅਤੇ ਇੱਥੇ ਭਗਤ ਜੀ ਕਿਹਨੂੰ, ਭਗਤ ਕਬੀਰ ਜੀ, ਭਗਤ ਪ੍ਰਹਿਲਾਦ ਜੀ ਦੇ ਮੁੱਖ ਤੋਂ ਜਿਹੜੀ ਇਹ ਗੱਲ ਕਹਿਲਵਾ ਰਹੇ ਨੇ, ਇਹ ਕਿਹਨਾਂ ਦੇ ਨਾਲ ਇਹ ਵਿਚਾਰ ਕੀਤੀ ਜਾ ਰਹੀ ਹੈ? ਪਹਿਲੀ ਗੱਲ, ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ। ਜਿਹੜਾ ਬਾਬਾ ਸ਼ਬਦ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵਿੱਚ ਕਈ ਵਾਰੀ ਇਹ ਬਾਬਾ ਸ਼ਬਦ ਅਕਾਲ ਪੁਰਖ ਵਾਸਤੇ ਵੀ ਆਇਆ ਹੈ। ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹੋ, ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਉੱਥੇ ਬਾਬਾ ਅਕਾਲ ਪੁਰਖ ਵਾਹਿਗੁਰੂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਵਾਸਤੇ ਵੀ ਬਾਬਾ ਸ਼ਬਦ ਵਰਤਿਆ ਹੈ। ਬਾਬਾ ਆਮ ਬੋਲੀ ਵਿੱਚ ਖੇ ਭਾਈ ਵਾਸਤੇ ਵੀ ਆਇਆ ਹੈ। ਅਤੇ ਜਦੋਂ ਸਤਿਗੁਰੂ ਕਿਤੇ ਜੋਗੀਆਂ ਨਾਲ ਗੱਲ ਕਰਦੇ ਨੇ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਉੱਥੇ ਬਾਬਾ ਦਾ ਅਰਥ ਹੈ ਖੇ ਜੋਗੀ। ਇੱਥੇ ਸਤਿਗੁਰੂ ਜੀ ਭਗਤ ਕਬੀਰ ਜੀ ਜੋ ਫੁਰਮਾ ਰਹੇ ਨੇ ਨਾ, ਇੱਥੇ ਬਾਬਾ ਸ਼ਬਦ ਆਇਆ ਏ ਉਹਨਾਂ ਪਾਂਧਿਆਂ ਵਾਸਤੇ ਜਿਨ੍ਹਾਂ ਪਾਸੋਂ ਭਗਤ ਪ੍ਰਹਿਲਾਦ ਜੀ ਜੋ ਪ੍ਰਚਲਿਤ ਗਾਥਾ ਅਨੁਸਾਰ ਉਹਨਾਂ ਕੋਲੋਂ ਜੋ ਪੜ੍ਹਨ ਵਾਸਤੇ ਜਦੋਂ ਉਹਨਾਂ ਨੂੰ ਭੇਜਿਆ ਉਹਨਾਂ ਦੇ ਪਿਤਾ ਹਰਨਾਕਸ਼ ਵੱਲੋਂ, ਹਰਨਾਕਸ਼ ਦੇ ਸੰਬੰਧ ਵਿੱਚ ਜਿਹੜੀ ਗਾਥਾ ਹੈ ਉਹ ਤੁਸੀਂ ਸਾਰਿਆਂ ਨੇ ਅਨੇਕਾਂ ਵਾਰੀ ਸਰਵਣ ਕੀਤੀ ਹੋਣੀ ਹੈ। ਕਈ ਤਾਂ ਇਹਨੂੰ ਮੁਲਤਾਨ ਜੋ ਪਾਕਿਸਤਾਨ ਦੇ ਵਿੱਚ ਰਹਿ ਗਿਆ ਉੱਥੋਂ ਦਾ ਵੀ ਰਾਜਾ ਮੰਨਦੇ ਨੇ। ਇਹਨੇ ਦੇਵਤਿਆਂ ਦੇ ਨਾਲ ਯੁੱਧ ਕਰਕੇ ਜੋ ਪੌਰਾਣਿਕ ਗਾਥਾ ਕਹਿ, ਮੈਂ ਪਹਿਲੀ ਬੇਨਤੀ ਕੀਤੀ ਸੀ, ਇਹਨਾਂ ਚੱਕਰਾਂ ਵਿੱਚ ਨਹੀਂ ਪੈਣਾ ਇਹ ਸੱਚ ਹੈ ਕਿ ਝੂਠ ਹੈ, ਇਹਦੇ ਵਿੱਚੋਂ ਸਿੱਖਿਆ ਕਿ ਮਿਲਦੀ ਹੈ, ਬਸ ਉਸ ਨੂੰ ਗ੍ਰਹਿਣ ਕਰਨ ਦਾ ਆਪਾਂ ਯਤਨ ਕਰਨਾ। ਕਹਿੰਦੇ ਨੇ ਇਹਨੇ ਦੇਵਤਿਆਂ ਨਾਲ ਯੁੱਧ ਕਰਕੇ ਸਾਰੇ ਦੇਵਤਿਆਂ 'ਤੇ ਫਤਿਹ ਹਾਸਲ ਕਰ ਲਈ, ਜਿੱਤ ਹਾਸਲ ਕਰ ਲਈ। ਕੁਦਰਤੀ ਹੈ, ਹੰਕਾਰ ਵਿੱਚ ਆ ਗਿਆ। ਜਿੱਥੇ ਪਰਮਾਤਮਾ ਦਾ ਲੋਕੀ ਨਾਮ ਜਪਦੇ ਸਨ, ਇਹਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਬਸ ਹਰ ਪਾਸੇ ਮੇਰਾ ਹੀ ਨਾਮ, ਜਲੇ ਹਰਨਾਕਸ਼ ਥਲੇ ਹਰਨਾਕਸ਼, ਲੋਕੀ ਇਹੀ ਮੇਰਾ ਨਾਮ ਭਾਵ ਹਰ ਪਾਸੇ ਜਪਣ। ਪਰ ਇੱਥੇ ਤੇ ਕਮਾਲ ਹੀ ਹੋ ਗਈ, ਹਰਨਾਕਸ਼ ਦੇ ਘਰ ਜਦੋਂ ਇਹਦਾ ਪੁੱਤਰ ਪ੍ਰਹਿਲਾਦ ਕੁਝ ਸਾਲਾਂ ਦਾ ਹੋਇਆ, 5-6 ਸਾਲਾਂ ਦਾ ਹੋਇਆ, ਤੇ ਜਦੋਂ ਇਸ ਨੇ ਵੇਖਿਆ ਕਿ ਮੇਰੇ ਪਿਤਾ ਜੀ ਆਪਣਾ ਨਾਮ ਲੋਕਾਂ ਕੋਲੋਂ ਜਪਾ ਰਹੇ ਨੇ, ਤੇ ਯਾਦ ਰੱਖਿਓ ਇਹ ਮਾਲਕ ਵੱਲੋਂ ਬਖਸ਼ਿਸ਼ ਕਹਿ ਲਵੋ, ਭਗਤ ਪ੍ਰਹਿਲਾਦ ਨੇ ਆਪਣੇ ਪਿਤਾ ਦਾ ਨਾਮ ਜਪਣ ਤੋਂ ਇਨਕਾਰ ਕਰ ਦਿੱਤਾ। ਜੋ ਸਾਖੀ ਹੈ, ਜੋ ਗਾਥਾ ਹੈ, ਜੋ ਪ੍ਰਚਲਿਤ ਹੈ ਪੁਰਾਣ ਗਾਥਾਵਾਂ ਵਿੱਚ ਜੋ ਆਉਂਦੀ ਹੈ। ਕਹਿੰਦੇ ਨੇ ਚਲੋ ਇਸ ਨੇ ਸੋਚਿਆ ਵੀ ਇਸ ਤਰ੍ਹਾਂ ਤੇ ਇਹ ਮੰਨਦਾ ਨਹੀਂ। ਜਦੋਂ ਸਿਆਣਾ ਕੁਝ ਹੋਇਆ ਤੇ ਪੜ੍ਹਨ ਵਾਲੀ ਉਮਰ ਹੋਈ, ਤੇ ਇਹਨੇ ਆਪਣੀ ਹੀ ਇੱਕ ਬਣਾਈ ਹੋਈ ਪਾਠਸ਼ਾਲਾ, ਆਪਣੀ ਬਣਾਈ ਪਾਠਸ਼ਾਲਾ, ਮੈਂ ਬੇਨਤੀ ਕਰ ਰਿਹਾ, ਉਹਦੇ ਵਿੱਚ ਜੋ ਦੋ ਪੜ੍ਹਾਉਣ ਵਾਲੇ ਜਿਨ੍ਹਾਂ ਦਾ ਜ਼ਿਕਰ ਆਇਆ ਇੱਥੇ ਵੀ, ਸੰਡਾ ਤੇ ਮਰਕਾ, ਇਹ ਦੋ ਅਧਿਆਪਕ ਨੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਤੇ ਇਹਨੇ ਪਹਿਲਾਂ ਹੀ ਅਧਿਆਪਕਾਂ ਨੂੰ ਬੁਲਾ ਕੇ ਇਹ ਗੱਲ ਕਰ ਲਈ ਵੀ ਬਾਕੀ ਤੇ ਸਾਰੇ ਮੇਰਾ ਨਾਮ ਜਪਣ ਵਾਸਤੇ ਸਹਿਮਤ ਨੇ, ਬਾਕੀ ਬੱਚੇ ਵੀ ਜਪਦੇ ਨੇ, ਪਰ ਇਹ ਜਿਹੜਾ ਪ੍ਰਹਿਲਾਦ ਹੈ ਮੇਰਾ ਹੀ ਬੇਟਾ ਹੋ ਕੇ ਇਹ ਮੇਰਾ ਨਾਮ ਜਪਣ ਤੋਂ ਆਕੀ ਹੋਇਆ ਫਿਰਦਾ, ਇਸ ਕਰਕੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ
अपने कोल इनू प्यार दे नाल या इनू जिमें मर्जी तुसी समझाउण दा जतन करो ताकि ए भी मेरा नाम जपन लग पवे। भाई साहब भाई गुरदास जी ने अपनिया वारां दे विच भी इस प्रचलित गाथा का जिक्र किया है। भाई साहब जी का कथन है भाई गुरदास जी का, घर घर नाखश दैंत दे कलर कमल भगत प्रहलाद। कहिंदे ने बड़ी अनहोनी घटना होई, कलराठी धरती दे उत्ते कमल दा फुल पैदा हो गया। इत्थे कलर तुलना दित्ती हरनाक्ष दे हरनाक्ष नाल, ते जेड़ा कमल दा फुल है उहदी तुलना कीती है भगत प्रहलाद जी नाल। आपां सारे जाणदे हां कमल दे फुल नू खिड़न वास्ते पानी दी जरूरत है, चिक्कड़ दी जरूरत हुंदी है, जे नहीं है ते कमल दा फुल जेड़ा है उह खिड़ नहीं सकदा। पर इत्थे कहिंदे ने भी कलराठी धरती हरनाकश जिन्नू लोकी दैंत आखदे ने, किसी दैंत दे घर देवते दा जन्म हो जाना कहते बड़ी अजीबो गरीब घटना है। ते भाई साहब जी कहिंदे ने जदों ए वड्डा हो गया पढ़न पठाया पाठशाल, पांदे चित होवा अहलाद, सिमरै मन विच राम नाम गावै शब्द अनाहद नाद। उत्थे जाके भगत प्रहलाद जी उत्थे भी परमात्मा दा नाम जेड़ा है अकाल पुरख वाहगुरु दा नाम सिमरदे ने, ते पांदे जेड़े ने ओ भी थक गए ने। एक इत्थे मैं बेनती करां जेड़े पढ़ाण वाले ने पांदे ने, वैसे तां जिस स्थान ते आपां सारे बैठे हां ना, सतगुर सतसंगत सतगुर चटशाल है जित हर गुण सिखा। सत संगत विच आके ए सोची आउंदी है जो अर्थ कीते विद्वाना ने, सतगुर चाटशाल ए सतसंगत सतगुरु दी पाठशाला है। आपां सारे इत्थे चाटड़े हां, इत्थे पढ़न वास्ते आए हां, ते इत्थे पढ़ना की है, इत्थे पढ़ना है जित हर गुण सिखा। भाव जिथे जाके खरी दे गुण सिखाए जांदे ने, परमात्मा दीआं वडिआईआं सतगुरु दीआं वडिआईआं, जां फिर उस प्रभु नूं जपन वाले गुरमुख प्यारे जिहड़े भगत जन ने उहनां दीआं इत्थे वडिआईआं कीतीआं जांदीआं ने। हुण इह पाठशाला पढ़ाउण वाले गुरदेव पिता जी सतगुरु गुरु ग्रंथ साहिब पातशाह जी आप ने सानू, ते आवी जो आपां कीर्तन सरवण करदे हां, जो हुण बाणी दी विचार सरवण करदे हां, बुलारा कोई भी हो सकदा है। कल भाई साहब जी कथा कर रहे सन, परसों होर की कर रहा सी, अज स्टेज ते बैठ के इत्थे मेरी सेवा लगी, कल नूं किसे होर दी लगेगी, कोई भी बोलदा है। पर एक गल चेते रखण वाली है, विचार बाणी दी हो रही है, जो सतगुरु गुरदेव पिता जी सानू गुण सिखांदे ने बाणी राही, आपां उन्हां दी इत्थे चर्चा करदे हां। पर ऐसा ना होवे कि किते जे आपां ए आखीए भी इत्थे मैं अपनी मर्जी कर जावां, गुरमत सिद्धांतां दे नाल मैं छेड़खानी करां, सतगुरु कुछ कहना चाहुंदे ने मैं अपने कोलों रला पा के उहदे विच रलेवां पा के, कि मैं संगतां नूं अगे गलत मैसेज देवां। क्योंकि मेरे गुरदेव पिता जी ने यह जिहड़ा भोजन सतगुरां दे रोज बचन पढ़दे हां सोदर बाणी विच, थाल विच तिन वस्तु पईओ सत संतोख विचारो, अमृत नाम ठाकुर का पयो जिसका सबस अधारो, जे को खावे जे को पुंचै तिसका खोए उधारो, ए वस्त तजी नह जाई नित नित रख उरतारो, तम संसार चरण लग तरिए सब नानक ब्रह्म पसारो। ये जो भोजन है एदे विचो अपने कोल हां ओ गाथा ओ साखी जिहड़ी सतगुरां दी पवित्र पावन बाणी दी कसवट्टी ते पूरी उतरदी है संगतां तक, ओ गल जिहड़ी है असी मैसेंजर हां गुरदेव पिता जी दे, सतगुरु जो मैसेज दिता है उस नूं संगतां तक पहुंचाउण दी ए ड्यूटी सतगुरु गुरदेव पिता ने जिस दी भी लाई है। सो मैं बेनती कर रहा सां, हालांकि उन्हां पांदियां दा असल जिहड़ा मकसद उह ते इही है भी लोकां नूं चंगी सिक्ख्या देनी, पर उह ते किसे दे आप अधीन ने,
ਉਹ ਡਰਦੇ ਨੇ ਕਿਤੇ ਸਾਨੂੰ ਇੱਥੋਂ ਕੱਢ ਨਾ ਦੇਣ, ਕਿਤੇ ਸਾਡੇ 'ਤੇ ਕਰੋਪੀ ਨਾ ਹੋ ਜਾਏ ਖਰਨਾਕਸ਼ ਦੀ। ਇਸ ਕਰਕੇ ਜੋ ਉਹ ਕਹਿੰਦਾ, ਮੈਂ ਬੇਨਤੀ ਕਰਾਂ, ਜਿਵੇਂ ਤੋਤੇ ਵਾਂਗੂ ਉਹਨੂੰ ਰਟਾਇਆ ਜਾਂਦਾ ਉਸੇ ਤਰ੍ਹਾਂ ਉਹ ਅੱਗੇ ਬੋਲਦੇ ਨੇ। ਕਹਿੰਦਾ ਕਈ ਵਾਰੀ ਆਪਾਂ ਵੀ ਕਹਿੰਦੇ ਜਦੋਂ ਕੋਈ ਬੋਲਦਾ ਮੈਨੂੰ ਪਤਾ ਤੂੰ ਕਿੱਦਾਂ ਸਿਖਾਇਆ ਹੋਇਆ ਬੋਲਦਾ, ਆਪਾਂ ਕਹਿ ਦਿੰਦੇ ਹਾਂ ਨਾ ਮੈਨੂੰ ਪਤਾ ਮੈਨੂੰ ਸਮਝ ਹੈ। ਯਾਦ ਰੱਖਿਓ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਹਰ ਪੱਖ ਤੋਂ ਸੇਧ ਬਖਸ਼ਿਸ਼ ਕੀਤੀ ਗੁਰੂ ਸਾਹਿਬ ਜੀ ਨੇ। ਇੱਥੇ ਪੱਟੀਆ ਸ਼ਬਦ ਵੀ ਆਇਆ। ਗੁਰੂ ਗ੍ਰੰਥ ਸਾਹਿਬ ਅੰਦਰ ਆਸਾ ਰਾਗ ਵਿੱਚ ਦੋ ਪੱਟੀਆਂ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦੀ, ਦੂਜੀ ਗੁਰੂ ਅਮਰਦਾਸ ਪਿਤਾ ਜੀ ਦੀ। ਗੌੜੀ ਰਾਗ ਅੰਦਰ 252 ਅੱਖਰੀ, ਪਹਿਲੀ ਗੁਰੂ ਅਰਜਨ ਦੇਵ ਪਿਤਾ ਜੀ ਦੀ ਸੁਖਮਨੀ ਸਾਹਿਬ ਤੋਂ ਪਹਿਲਾਂ, ਅਤੇ ਫਿਰ ਭਗਤ ਬਾਣੀ ਵਿੱਚ ਭਗਤ ਕਬੀਰ ਜੀ ਦੀ ਆਪਾਂ ਪੜ੍ਹਦੇ ਹਾਂ। ਰਾਮਕਲੀ ਰਾਗ ਵਿੱਚ ਓਅੰਕਾਰ ਬਾਣੀ, ਕਈ ਵਾਰ ਅਸੀਂ ਦੱਖਣੀ ਓਅੰਕਾਰ ਕਹਿ ਦਿੰਦੇ ਹਾਂ, ਦਰਅਸਲ ਦੱਖਣੀ ਇੱਕ ਰਾਮਕਲੀ ਰਾਗ ਦੀ ਕਿਸਮ ਹੈ, ਬਾਣੀ ਦਾ ਨਾਂ ਕੇਵਲ ਓਅੰਕਾਰ ਹੀ ਹੈ। ਉਹਦੇ ਵਿੱਚ ਵੀ ਸਤਿਗੁਰੂ ਨੇ ਇਹ ਜਿਹੜੇ ਅੱਖਰ ਨੇ ਉਹਨਾਂ ਤੋਂ ਸਿੱਖਿਆ ਦਿੱਤੀ ਹੈ। ਇਸ ਬਾਣੀ ਦਾ ਅਖੀਰਲਾ ਪਦਾ ਕਿਤੇ ਪੜ੍ਹੋ ਕਿ ਪੰਧਾ ਅਸਲ ਵਿੱਚ ਕਿਹਨੂੰ ਆਖਿਆ ਜਾ ਸਕਦਾ ਹੈ? ਪੰਧਾ ਗੁਰਮੁਖ ਆਖੀਐ ਚਾਟੜਿਆ ਮਤ ਦੇ। ਉਸ ਪੰਧੇ ਨੂੰ ਗੁਰਮੁਖ ਕਹਿਲਾਉਣ ਦਾ ਹੱਕ ਹੈ। ਉਸ ਪੜ੍ਹਾਉਣ ਵਾਲੇ ਨੂੰ ਆਪਾਂ ਗੁਰਮੁਖ ਕਹਿ ਸਕਦੇ ਹਾਂ ਜਿਹੜਾ ਆਪਣੇ ਚੇਲਿਆਂ ਚਾਟੜਿਆਂ ਨੂੰ ਮਤ ਦੇ, ਇਹ ਮਤ ਦਿੰਦਾ। ਕਿਹੜੀ ਮਤ ਦਿੰਦਾ? ਉਹਦਾ ਜ਼ਿਕਰ ਅੱਗੇ ਕੀਤਾ, ਨਾਮ ਸੰਗ੍ਰਹੋ, ਨਾਮ ਸੰਭਾਲੋ, ਨਾਮ ਸੰਗ੍ਰਹੋ, ਜਗ ਮੈਂ ਲਖਾਲੇ। ਕਹਿੰਦੇ ਨੇ ਪ੍ਰਭੂ ਦੇ ਨਾਮ, ਪ੍ਰਭੂ ਦੇ ਗੁਣਾਂ ਨੂੰ ਚੰਗੀ ਤਰ੍ਹਾਂ ਸੰਭਾਲੋ ਭਾਈ, ਇਹ ਇਕੱਤਰ ਕਰੋ, ਅਸਲ ਵਿੱਚ ਇਹੀ ਤੇ ਲਾਹਾ ਹੈ। ਤੇ ਭਗਤ ਪ੍ਰਹਿਲਾਦ ਜੀ ਕੀ ਕਹਿੰਦੇ ਨੇ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸਿਓ ਨਹੀਂ ਕੰਮ। ਮੇਰਾ ਖੋਰ ਪੜ੍ਹਾਈ ਨਾਲ, ਜਿਹੜੇ ਤੁਸੀਂ ਪੜ੍ਹਾਉਂਦੇ ਹੋ ਇਹਦੇ ਨਾਲ ਮੇਰਾ ਕੋਈ ਕੰਮ ਨਹੀਂ। ਫਿਰ ਅੱਗੇ ਜ਼ਿਕਰ ਕੀਤਾ, ਸੱਚੀ ਪੱਟੀ ਸੱਚ ਮਨ ਪੜ੍ਹੀ ਹੈ ਸ਼ਬਦ ਸੁਸਾਰ। ਉੱਥੇ ਵੀ ਪੱਟੀ ਦਾ ਜ਼ਿਕਰ ਆਇਆ, ਇੱਥੇ ਮੇਰੀ ਪੱਟੀਆ ਲਿਖ ਦੇ ਸ਼੍ਰੀ ਗੋਪਾਲ। ਉੱਥੇ ਕਹਿਣਗੇ ਸੱਚੀ ਪੱਟੀ ਸੱਚ ਮਨ ਪੜ੍ਹੀ ਹੈ ਸ਼ਬਦ ਸੁਸਾਰ। ਕੋਈ ਸੱਚੀ ਪੱਟੀ ਹੋਵੇ, ਮਨ ਵਿੱਚ ਸੱਚ ਹੋਵੇ, ਤੇ ਸ੍ਰੇਸ਼ਟ ਗੁਰੂ ਦਾ ਸ਼ਬਦ ਜਿਹੜਾ ਉਹਦੀ ਵਿਚਾਰ ਉਹਨੂੰ ਪੜ੍ਹਨਾ ਚਾਹੀਦਾ ਹੈ। ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲਹਾਰ। ਸਤਿਗੁਰੂ ਧੰਨ ਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਇੱਥੇ ਸਮਝਾਉਂਦੇ ਨੇ, ਅਸਲ ਵਿੱਚ ਉਹ ਕੀ ਪੜ੍ਹਿਆ ਲਿਖਿਆ ਉਸੇ ਨੂੰ ਪੰਧਾ ਕਿਹਾ ਜਾ ਸਕਦਾ ਹੈ। ਉਹ ਕੀ ਵਿਦਵਾਨ, ਪੰਡਿਤ ਦਾ ਅਰਥ ਵਿਦਵਾਨ ਹੈ, ਜਿਹਦੇ ਗਲ ਵਿੱਚ ਪਰਮਾਤਮਾ ਦੇ ਨਾਮ ਦਾ ਉਨਿਹਾਰ ਦਾ ਮਤਲਬ। ਇਹ ਨਾ ਸਮਝ ਲੈਣਾ ਬਾਹਰੋਂ ਹਾਰ ਬਣਾ ਕੇ ਕਾਗਜ਼ ਉੱਤੇ ਰਾਮ ਰਾਮ ਲਿਖ ਕੇ ਤੇ ਮੈਂ ਆਪਣੇ ਵਾਹਿਗੁਰੂ ਵਾਹਿਗੁਰੂ ਲਿਖ ਕੇ ਗਲ ਵਿੱਚ ਪਾ ਲਵਾਂ। ਨਹੀਂ, ਭਾਵ ਇਹਦਾ ਇਹ ਅਰਥ ਹੈ ਕਿ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਉਹ ਵਸ ਜਾਵੇ। ਤੇ ਇਸ ਲਈ ਇੱਥੇ ਵੀ ਭਗਤ ਕਬੀਰ ਜੀ, ਭਗਤ ਪ੍ਰਹਿਲਾਦ ਜੀ ਪਾਸੋਂ ਇਹ ਗੱਲ ਅਖਵਾ ਰਹੇ ਨੇ। ਕਹਿੰਦੇ ਪਏ ਨੇ ਆਪਣੇ ਉਸਤਾਦਾਂ ਨੂੰ, ਕਹਿੰਦੇ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ। ਗੱਲ ਪੜ੍ਹਨ ਦੀ ਚੱਲਦੀ ਪਈ ਹੈ, ਪਰ ਪੜ੍ਹਨ ਤੋਂ ਪਹਿਲਾਂ ਜੋ ਕੁਝ ਲਿਖਿਆ ਹੈ, ਜੋ ਤੁਹਾਡੇ ਸਾਹਮਣੇ ਲਿਖਿਆ ਆਇਆ, ਤੁਸੀਂ ਉਹ ਹੀ ਪੜ੍ਹੋਗੇ ਨਾ। ਗੁਰੂ ਕੇ ਪਿਆਰ ਵਾਲਿਓ, ਜੋ ਲਿਖਿਆ ਹੋਇਆ ਹੁਣ ਮੇਰੇ ਸਾਹਮਣੇ ਆ, ਜੋ ਗੁਰਬਾਣੀ ਲਿਖੀ ਹੋਈ ਹੈ ਮੈਂ ਉਹ ਕੀ ਪੜ੍ਹ ਰਿਹਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਭਾਈ ਗੁਰਦਾਸ ਜੀ ਪਾਸੋਂ, ਗੁਰੂ ਅਰਜਨ ਦੇਵ ਪਿਤਾ ਜੀ ਨੇ ਲਿਖਵਾਏ, ਆਪਾਂ ਉਹ ਕੀ ਪੜ੍ਹਦੇ ਹਾਂ, ਜੋ ਲਿਖਿਆ ਉਹ ਕੀ ਪੜ੍ਹਦੇ ਹਾਂ, ਜੋ ਇਤਿਹਾਸ ਹੈ। ਤੇ ਯਾਦ ਰੱਖਿਓ, ਚੰਗਾ ਵੀ ਬੜਾ ਕੁਝ ਲਿਖਿਆ ਹੋਇਆ ਤੇ ਮਾੜਾ ਵੀ ਬਹੁਤ ਕੁਝ ਲਿਖਿਆ ਹੋਇਆ ਹੈ। ਇਸ ਲਈ ਇਹ ਸਾਡੇ ਤੇ ਨਿਰਭਰ ਕਰਦਾ ਕਿ ਮੈਂ ਕੀ ਪੜ੍ਹਨਾ। ਜਿਹੋ ਜਿਹਾ ਪੜ੍ਹੋਗੇ, ਇੱਕ ਤਰ੍ਹਾਂ ਜੇ ਤੁਸੀਂ ਕੋਈ ਚੰਗੀ ਕਿਤਾਬ ਪੜ੍ਹਦੇ ਹੋ ਤੇ ਇਹ ਤੁਹਾਡੀ ਚੰਗੀ ਸੰਗਤ ਹੈ, ਜੇ ਕੋਈ ਮਾੜੀ ਲਿਖਤ ਕਿਸੇ ਦੀ ਪੜ੍ਹਦੇ ਹੋ ਇਹ ਤੁਹਾਡੀ ਮਾੜੀ, ਉਹਦਾ ਪ੍ਰਭਾਵ ਤੇ ਤੁਹਾਡੇ ਤੇ ਪਵੇਗਾ, ਉੱਤਮ ਸੰਗਤ ਉੱਤਮ ਹੋਵੇ। ਇਸ ਲਈ ਸਤਿਗੁਰਾਂ ਨੇ ਬਾਣੀ ਅੰਦਰ ਜਿਹੜੇ ਊਲ ਜਲੂਲ ਲਿਖਦੇ ਨੇ, ਇੱਥੇ ਆਲ ਜਾਲ ਸ਼ਬਦ ਆਇਆ ਨਾ, ਤੇ ਉਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਊਲ ਜਲੂਲ ਹੀ ਕੀਤਾ।
ਆਲ ਜਾਲ ਕਈਆਂ ਨੇ ਅਰਥ ਆਲੇ ਦਾ ਵੀ ਕੀਤਾ ਘਰ ਤੇ ਜਾਲ ਦਾ ਅਰਥ ਹੈ ਘਰ ਦੇ ਜੰਜਾਲ ਦੇ ਸੰਬੰਧ ਵਿੱਚ ਹੀ ਜੇ ਕੋਈ ਐਸਾ ਕੁਝ ਕਰਨਾ ਸਿੱਖਣਾ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਗੁਰਬਾਣੀ ਵਿੱਚ, ਸਤਿਗੁਰੂ ਕਹਿੰਦੇ ਨੇ ਉਹ ਕਲਮ ਜਿਹੜੀ ਏ ਸੜ ਜਾਏ ਸਮੇਤ ਦਵਾਤ ਦੇ, ਕਾਗਜ਼ ਨੂੰ ਵੀ ਅੱਗ ਲੱਗ ਜਾਏ ਤੇ ਇੱਥੇ ਬਸ ਨਹੀਂ, ਸਤਿਗੁਰੂ ਕਹਿੰਦੇ ਨੇ ਲਿਖਣ ਵਾਲਾ ਵੀ ਸੜ ਮਰ ਜਾਏ। ਉਹ ਜਿਹਨੇ ਦੂਜਾ ਭਾਵ ਲਿਖਿਆ, ਜਿਹਨੂੰ ਪੜ੍ਹ ਕੇ ਚੰਗੇ ਰਸਤੇ ਤੇ ਤੁਰਨ ਦੀ ਬਜਾਏ ਬੰਦਾ ਮਾੜੇ ਪਾਸੇ ਤੁਰ ਪਵੇ। ਕਲਮ ਜਲੋ ਜਲੋ ਕਰਮ, ਕਲਮ ਸੜ ਜਾਏ, ਕਲਮ ਨਾਲ ਲਿਖਿਆ ਜਾਂਦਾ ਨਾ, ਸਣ ਮਸਵਾਣੀ ਹੈ। ਸਣ ਮਨ ਸਣ ਮੈਨੇ ਸਮੇਤ ਤੇ ਮਸਵਾਣੀ, ਜਿਹਦੇ ਮਸ ਮੈਨੇ ਸਿਆਹੀ, ਜਿਹਦੇ ਵਿੱਚ ਸਿਆਹੀ ਰੱਖਦੇ ਹਾਂ ਉਹ ਦਵਾਤ ਹੁੰਦੀ ਹੈ। ਤੇ ਜਿਸ ਕਾਗਜ਼ ਤੇ ਲਿਖਿਆ ਜਾ ਰਿਹਾ ਹੈ ਕਾਗਜ਼ ਵੀ ਜਲ ਜਾਓ, ਕਹਿੰਦੇ ਨੇ ਉਸ ਕਾਗਜ਼ ਨੂੰ ਵੀ ਅੱਗ ਲੱਗ ਜਾਏ। ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਭਾਵ। ਕਹਿੰਦੇ ਨੇ ਜਿਹਨੇ ਦੂਜਾ ਭਾਵ, ਜਿਹਨੂੰ ਪੜ੍ਹ ਕੇ ਦੂਜੇ ਪਾਸੇ ਧਿਆਨ ਜਾਵੇ, ਕਹਿੰਦੇ ਨੇ ਉਹ ਵੀ ਸੜ ਬਲ ਜਾਏ। ਇਸੇ ਲਈ ਸ੍ਰੀ ਰਾਗ ਅੰਦਰ ਮੇਰੇ ਸਤਿਗੁਰ ਗੁਰਦੇਵ ਪਿਤਾ ਨੇ ਜਦੋਂ ਅੰਦਰਲੀ ਗੱਲ ਕੀਤੀ, ਸਤਿਗੁਰ ਕਹਿੰਦੇ ਨੇ ਮੈਂ ਤੈਨੂੰ ਸਿਆਗੀ ਤਿਆਰ ਕਰਨ ਦਾ ਢੰਗ ਵੀ ਦੱਸਦਾ ਵਾਂ, ਕਲਮ ਕਿਹੜੀ ਹੈ, ਕਾਗਜ਼ ਕਿਹੜਾ ਹੈ, ਲਿਖਣ ਵਾਲਾ ਕੌਣ ਹੋਵੇ, ਕਿਸ ਤੋਂ ਪੁੱਛ ਕੇ ਲਿਖਣਾ ਹੈ, ਲਿਖਣਾ ਕੀ ਹੈ, ਮੈਂ ਤੈਨੂੰ ਸਮਝਾਉਂਦਾ, ਸਮਝਣ ਦਾ ਯਤਨ ਕਰ। ਜਾਲ ਮੋਹ ਘਸ ਮਸ ਕਰ, ਮਤ ਕਾਗਜ਼ ਕਰ ਸਾਰ। ਜਾਲ ਮੋਹ ਘਸ ਮਸ ਕਰ, ਆਪਣੇ ਅੰਦਰ ਜਿਹੜਾ ਮੋਹ ਹੈ, ਜਿਹੜਾ ਤੈਨੂੰ ਦੂਜੇ ਪਾਸੇ ਪ੍ਰੇਰ ਕੇ ਲੈ ਜਾਂਦਾ, ਇਹਨੂੰ ਸਾੜ ਕੇ ਘਸਾ ਕੇ। ਇਹ ਕਹਿੰਦੇ ਨੇ ਪਹਿਲਾਂ ਦੀਵੇ ਦੀ ਬੱਤੀ ਤੋਂ ਜਿਹੜਾ ਉਹਦੀ ਕਾਲਖ ਹੁੰਦੀ ਸੀ, ਸਿਆਹੀ ਤਿਆਰ ਕੀਤੀ ਜਾਂਦੀ ਸੀ। ਜਾਲ ਮੋਹ ਘਸ ਮਸ ਕਰ, ਮਤ ਕਾਗਜ਼ ਕਰ ਸਾਰ। ਆਪਣੀ ਮਤ ਨੂੰ ਕਹਿੰਦੇ ਨੇ ਚੰਗਾ ਕਾਗਜ਼ ਬਣਾ ਲੈ। ਭਾਓ ਕਲਮ, ਪ੍ਰੇਮ ਦੀ ਕਲਮ ਤੇਰੇ ਕੋਲ ਹੋਵੇ, ਕਰ ਚਿੱਤ ਲਿਖਾਰੀ। ਕਹਿੰਦੇ ਲਿਖਣ ਵਾਲਾ ਤੇਰਾ ਚਿੱਤ ਹੋਵੇ, ਲਿਖਣ ਵਾਲਾ ਤੇਰਾ ਮਨ ਹੋਵੇ, ਪਰ ਲਿਖਣਾ ਕਿਹਦੇ ਕੋਲੋਂ ਪੁੱਛੇ, ਗੁਰ ਪੁੱਛ ਲਿਖ ਵਿਚਾਰ। ਲਿਖ ਸਲਾਹ ਨਾਮ ਲਿਖ, ਲਿਖ ਅੰਤ ਨਾ ਪਾਰਾਵਾਰ। ਉਹ ਕੁਝ ਲਿਖੀ ਜਿਹਦੇ ਵਿੱਚੋਂ ਪ੍ਰਭੂ ਦੀ ਸਿਫਤ ਸਲਾਹ ਪੜ੍ਹਨ ਨੂੰ ਮਿਲੇ, ਪ੍ਰਭੂ ਦੇ ਗੁਣਾਂ ਨੂੰ ਲਿਖੀ। ਇਹ ਲਿਖ ਪਰਮਾਤਮਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਉੱਥੇ ਵੀ ਬਾਬਾ ਸ਼ਬਦ ਵਰਤਿਆ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਆ ਲੇਖਾ, ਇਸ ਲਈ ਮੈਂ ਬੇਨਤੀ ਕਰਾਂ, ਅਸੀਂ ਵੀ ਸਾਰੇ ਪੜ੍ਹਨ ਵਾਲੇ ਹਾਂ, ਉਹ ਲਿਖਤਾਂ ਨਾ ਪੜ੍ਹੀਏ ਜਿਹੜੀਆਂ ਸਾਨੂੰ ਕੁਰਾਖੇ ਪਾਉਂਦੀਆਂ ਨੇ, ਜਿਹੜੀਆਂ ਸਾਨੂੰ ਸਾਡੇ ਸਤਿਗੁਰ ਤੋਂ ਦੂਰ ਲੈ ਕੇ ਜਾਂਦੀਆਂ ਨੇ। ਗੱਲ ਚੇਤੇ ਰੱਖਿਓ, ਆ ਕਦੀ ਵੀ ਮੈਂ ਵੇਖਦਾ ਕਈ ਐਸੇ ਸਾਡੇ ਅੱਜ ਵੀ ਸਿੱਖ ਜਗਤ ਅੰਦਰ ਵੀ, ਚਲੋ ਬਾਕੀ ਤੇ ਮੰਨਦੇ ਨੇ ਉਹਨਾਂ ਦਾ ਧਰਮ, ਉਹਨਾਂ ਨੂੰ ਮੁਬਾਰਕ, ਕੋਈ ਲਾਲ ਕਿਤਾਬ ਨਾਲ ਜੁੜਿਆ ਹੋਇਆ ਏ, ਕੋਈ ਵਸਤੂ ਸ਼ਾਸਤਰ ਵਿੱਚੋਂ ਪੜ੍ਹ ਕੇ ਉਹਦੇ ਮੁਤਾਬਕ ਚੱਲੀ ਜਾ ਰਿਹਾ ਏ, ਕੋਈ ਜੋਤਿਸ਼ ਵਿੱਦਿਆ ਤੇ ਬੜਾ ਵਿਸ਼ਵਾਸ ਕਰਦਾ ਏ, ਪਰ ਨਾ ਗੁਰੂ ਕੇ ਸਿੱਖੋ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤਿ ਦੇ ਮਹਾਨ ਵਿਆਖਿਆਕਾਰ, ਮੈਂ ਉਹਨਾਂ ਦਾ ਕਵਿੱਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਭਾਈ ਸਾਹਿਬ ਕਹਿੰਦੇ ਜਦੋਂ ਗੁਰਸਿੱਖ ਸੰਗਤ ਵਿੱਚ ਜਾ ਕੇ ਮਿਲ ਬੈਠਦਾ ਨਾ, ਤੇ ਗੁਰਬਾਣੀ ਦਾ ਕੀਰਤਨ ਕਥਾ ਸੁਣਦਾ, ਤੇ ਉਹਦਾ ਮਿਲਾਪ ਦਾ ਪ੍ਰਤਾਪ ਵੇਖੋ। ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ, ਐਸਾ ਪਤ ਬ੍ਰਤ ਟੇਕ ਏਕ ਦੁਬਿਧਾ ਨਿਵਾਰੀ ਹੈ। ਜਿਵੇਂ ਪਤੀ ਬਰਤਾ ਇਸਤਰੀ ਨੂੰ ਆਪਣੀ ਪਤੀ ਤੇ ਟੇਕ ਹੁੰਦੀ ਹੈ, ਇਸੇ ਤਰ੍ਹਾਂ ਹੀ ਗੁਰੂ ਕੇ ਪਿਆਰ ਵਾਲਿਓ ਅਸੀਂ ਵੀ ਸਾਰੇ ਪਤੀ ਬਰਤਾ ਬਣ ਜਾਈਏ। ਸਾਡਾ ਪਤੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਾਡਾ ਪਤੀ ਹੈ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ। ਫਿਰ ਅੱਗੇ ਕੀ ਕਹਿੰਦੇ ਨੇ, ਪੁੱਛਤ ਨਾ ਜੋਤਕ ਔ ਵੇਦ ਤਿਥ ਵਾਰ ਕਛ, ਗ੍ਰਹਿ ਔ ਨਛੱਤਰ ਕੀ ਨਾ ਸ਼ੰਕਾ ਉਰ ਧਾਰੀ ਹੈ, ਜਾਣਤ ਨਾ ਲਗਨ ਸ਼ਗਨ ਆਨ ਦੇਵ ਸੇਵ, ਸ਼ਬਦ ਸੁਰਤ ਲਿਵ ਨੇਹੇ ਨਿਰੰਕਾਰੀ ਹੈ। ਸਿੱਖ ਸੰਤ ਬਾਲਕ ਸ਼੍ਰੀ ਗੁਰੂ ਪ੍ਰਤਪਾਲਕ ਹੈ, ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਜੇ ਜੀਵਨ ਮੁਕਤੀ ਹਾਸਲ ਕਰਨੀ ਹੈ,
ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨੀ ਹੈ ਫਿਰ ਸਾਨੂੰ ਵੀ ਜੋ ਭਗਤ ਜੀ ਕਹਿੰਦੇ ਨੇ ਵੀ ਇੰਨੇ ਦ੍ਰਿੜ ਇਰਾਦੇ ਵਾਲੇ ਹੋ ਗਏ ਭਗਤ ਪ੍ਰਹਿਲਾਦ ਜੀ ਗੁਰੂ ਕੇ ਪਿਆਰ ਵਾਲਿਓ, ਕਿਤੇ ਸਾਡੇ ਅੰਦਰ ਵੀ ਇੰਨੀ ਦ੍ਰਿੜਤਾ ਆ ਜਾਏ, ਕਿਤੇ ਸਤਿਗੁਰ ਕਿਰਪਾ ਕਰ ਦੇਣ ਕਰੇ, ਅਸੀਂ ਵੀ ਆਖੀਏ ਜਿਵੇਂ ਕਹਿੰਦੇ ਨੇ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਅਸੀਂ ਵੀ ਕਹਿ ਸਕੀਏ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਮੇਰੇ ਵਾਸਤੇ ਮੇਰੇ ਗੁਰੂ ਤੋਂ ਬਗੈਰ ਹੋਰ ਕੋਈ ਨਹੀਂ ਹੈ, ਸਭ ਕੁਝ ਜੋ ਕੁਝ ਵੀ ਹੈ ਮੇਰਾ ਸਤਿਗੁਰੂ ਹੀ ਹੈ। ਤੇ ਰਹਾਉ ਵਾਲੇ ਪਦੇ ਵਿੱਚ ਭਗਤ ਕਬੀਰ ਜੀ ਫੁਰਮਾਉਂਦੇ ਨੇ ਕਿ ਭਗਤ ਪ੍ਰਹਿਲਾਦ ਜੀ ਕਹਿ ਰਹੇ ਨੇ ਉਹਨਾਂ ਆਪਣੇ ਪਾਂਧਿਆਂ ਨੂੰ ਕਿ ਰੇ ਹੇ ਬਾਬਾ ਮੈਂ ਨਹੀਂ ਛੱਡਾਂਗਾ ਪਰਮਾਤਮਾ ਦਾ ਨਾਮ, ਰਾਮ ਦਾ ਨਾਮ, ਰਾਮ ਦੇ ਨਾਮ ਦੇ ਵੀ ਇੱਥੇ ਮੈਂ ਗੁਰੂ ਕੇ ਪਿਆਰ ਵਾਲਿਓ ਆਪ ਜੀ ਦੇ ਨਾਲ ਸੰਖੇਪ ਵਿੱਚ ਵਿਚਾਰ ਕਰ ਲਵਾਂ। ਇੱਥੇ ਸਰਵ ਵਿਆਪਕ ਰਾਮ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕੇਵਲ ਸਾਡੇ ਦੇਸ਼ ਵਿੱਚ ਹੀ ਨਹੀਂ, ਆਂਢ ਗੁਆਂਢ ਵਿੱਚ ਹੀ ਨਹੀਂ, ਬਲਕਿ ਸਾਰੇ ਆਲ ਵਰਲਡ ਵਿੱਚ ਛਾਇਆ ਹੋਇਆ। ਇੱਥੇ ਉਸ ਰਾਮ ਨਾਮ ਦੀ ਗੱਲ ਕੀਤੀ ਜਾ ਰਹੀ ਹੈ, ਭੁਲੇਖੇ ਵਿੱਚ ਨਾ ਕਿਤੇ ਆਪਾਂ ਪੈ ਜਾਈਏ। ਇਸ ਲਈ ਗੁਰਬਾਣੀ ਵਿੱਚ ਸਤਿਗੁਰਾਂ ਨੇ ਇੱਕ ਵਾਰੀ ਨਹੀਂ ਪਤਾ ਨਹੀਂ ਕਿੰਨੀ ਵਾਰੀ ਇਹ ਰਾਮ ਸ਼ਬਦ ਆਇਆ। ਹਾਂ, ਸ਼੍ਰੀ ਰਾਮ ਚੰਦਰ ਜੀ ਦੇ ਸੰਬੰਧ ਵਿੱਚ ਵੀ ਕਈ ਥਾਵਾਂ ਤੇ ਗੁਰਬਾਣੀ ਵਿੱਚ ਐਸੇ ਪਾਵਨ ਬਚਨ ਆਏ ਹਨ, ਤੁਸੀਂ ਪੜ੍ਹਦੇ ਸੁਣਦੇ ਹੋ, ਸ਼ਲੋਕਾਂ ਵਿੱਚ ਵੀ ਪੜ੍ਹਦੇ ਹੋ, ਹੋਰ ਥਾਵਾਂ ਤੇ ਵੀ। ਇਸ ਲਈ ਇੱਥੇ ਹੇ ਭਾਈ ਮੈਂ ਪਰਮਾਤਮਾ ਦਾ ਉਸ ਸਰਬ ਵਿਆਪਕ ਪਰਮਾਤਮਾ ਦਾ ਨਾਮ, ਨਾਮ ਮੀਨ ਪਰਮਾਤਮਾ ਦੇ ਗੁਣ ਭਾਵ, ਉਹਦੀ ਰਜ਼ਾ ਤੋਂ ਬਗੈਰ ਮੈਂ ਹੋਰ ਕਿਸੇ ਦੀ ਰਜ਼ਾ ਮੰਨਣ ਨੂੰ ਤਿਆਰ ਨਹੀਂ ਹਾਂ। ਕਿਉਂਕਿ ਨਾਮ ਅਤੇ ਰਜ਼ਾ, ਨਾਮ ਅਤੇ ਹੁਕਮ ਇੱਕੋ ਜਿਵੇਂ ਸਿੱਕੇ ਦੇ ਦੋ ਪਹਿਲੂ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਨਾਮ ਅਤੇ ਗੁਰੂ ਕੇ ਪਿਆਰ ਵਾਲਿਓ ਹੁਕਮ, ਜਿਹੜਾ ਨਾਮੀ ਪੁਰਸ਼ ਹੈ ਹੁਕਮ ਉਹੀ ਮੰਨੇਗਾ, ਦੂਜਾ ਤੇ ਮੰਨੇਗਾ ਨਹੀਂ। ਜਿਹਨੇ ਨਾਮ ਨੂੰ ਪੜ੍ਹਿਆ, ਨਾਮ ਨੂੰ ਸੁਣਿਆ, ਨਾਮ ਨੂੰ ਸਮਝਿਆ ਕਿ ਨਾਮ ਹੈ ਕੀ ਹੈ, ਨਾਮ ਵਿੱਚ ਵਿਸ਼ੇਸ਼ਤਾਈਆਂ ਕੀ ਨੇ, ਇਹਨੂੰ ਮੈਂ ਧਾਰਨ ਕਰ ਲਵਾਂਗਾ ਮੇਰਾ ਜੀਵਨ ਕਿਹੋ ਜਿਹਾ ਬਣ ਜਾਏਗਾ। ਕਹਿੰਦੇ ਨੇ ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ। ਤੇ ਜਦੋਂ ਅਸੀਂ ਭਗਤ ਕਬੀਰ ਜੀ ਦੇ ਪਾਵਨ ਸ਼ਬਦ ਪੜ੍ਹਦੇ ਹਾਂ ਨਾ, ਸ਼ਲੋਕ ਪੜ੍ਹ ਲਵੋ, ਇਹਨਾਂ ਦਾ ਬਿਲਾਵਲ ਰਾਗ ਵਿਚਲਾ ਉਚਾਰਨ ਕੀਤਾ ਸ਼ਬਦ ਤੁਸੀਂ ਆਪਾਂ ਵਿਚਾਰ ਸਰਵਣ ਕਰ ਚੁੱਕੇ ਹਾਂ। ਵਿਦਿਆ ਨਾ ਪਰਹੋਂ, ਉੱਥੇ ਰਾਰਾ ਹੈ ਪਰ ਹੈ ਗੱਲ ਉੱਥੇ ਪੜ੍ਹਨ ਦੀ ਹੈ। ਕਈ ਥਾਵਾਂ ਤੇ ਡਾੜੇ ਦੀ ਥਾਂ ਤੇ ਰਾਰਾ, ਰਾਰੇ ਦੀ ਥਾਂ ਤੇ ਡਾੜਾ। ਕਹਿੰਦੇ ਨੇ ਵਿਦਿਆ ਨਾ ਪਰਹੋਂ ਬਾਦ ਨਹੀਂ ਜਾਣੋ, ਹਰ ਗੁਣ ਕਥਤ ਸੁਨਤ ਬਹੁਰਾਨੋ। ਮੈਂ ਇਹੋ ਜਿਹੀ ਵਿਦਿਆ ਨਹੀਂ ਪੜ੍ਹਦਾ ਜਿਹਦੇ ਨਾਲ ਮੇਰੀ ਬਿਰਤੀ ਝਗੜਾਲੂ ਬਣ ਜਾਏ। ਮੈਂ ਤਾਂ ਹਰ ਗੁਣ ਕਥਤ ਸੁਨਤ, ਮੈਂ ਤੇ ਪਰਮਾਤਮਾ ਦੇ ਗੁਣ ਕਹਿੰਦੇ ਹਾਂ, ਸੁਣਦੇ ਹਾਂ। ਬਹੁਰਾਨੋ, ਬਹੁਰਾਨੋ ਦਾ ਅਰਥ ਦੂਜਾ ਕਿਤੇ ਦਾ ਪਾਗਲਪਨ ਅਰਥ ਨਾ ਕਰ ਲਈਏ। ਇੱਥੇ ਹੈ ਮਸਤੀ ਪਰਮਾਤਮਾ ਦੇ ਨਾਮ ਦੀ। ਕਥਤ ਸੁਨਤ ਬਹੁਰਾਨੋ, ਫਿਰ ਰਹਾਉ ਵਾਲਾ ਪਦਾ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਸਾਰੀ ਦੁਨੀਆਂ ਆਪਣੇ ਆਪ ਨੂੰ ਸਿਆਣੀ ਸਮਝਦੀ, ਲੋਕੀ ਮੈਨੂੰ ਕਹਿੰਦੇ ਨੇ ਬੌਰਾ, ਚਲੋ ਇਹ ਬੌਰਾਪਨ ਮੈਨੂੰ ਪ੍ਰਵਾਨ ਹੈ। ਪਰ ਨਾਲ ਇਹ ਵੀ ਆਖ ਦਿੱਤਾ, ਆਪ ਨਾ ਬੌਰਾ ਰਾਮ ਕੀਓ ਬੌਰਾ, ਸਤਿਗੁਰ ਜਾਰ ਗਇਓ ਭਰਮ ਮੋਰਾ। ਮੈਂ ਬਿਗਰੇ ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ। ਸੋ ਬੌਰਾ ਜੋ ਆਪ ਨਾ ਪਛਾਣੇ, ਆਪ ਪਛਾਣੇ ਤਾਂ ਇੱਕ ਹੈ ਜਾਣੇ। ਅਬ ਹੈ ਨਾ ਮਾਤਾ ਸੁ ਕਬ ਹੈ ਨਾ ਮਾਤਾ ਕਹੇ ਕਬੀਰ ਰਾਮੇ ਰੰਗ ਰਾਤਾ। ਜੇ ਮਨੁੱਖਾ ਜਨਮ ਪਾ ਕੇ ਵੀ ਹੁਣ ਪ੍ਰਭੂ ਦੇ ਨਾਮ ਦੇ ਗੁਣਾਂ ਵਿੱਚ ਮਸਤ ਨਾ ਹੋਇਆ ਤੇ ਕਹਿੰਦੇ ਨੇ ਫਿਰ ਇਹਦੇ ਪੜ੍ਹਨ ਲਿਖਣ ਦਾ ਕੀ ਫਾਇਦਾ। ਮੈਂ ਬੇਨਤੀ ਕਰਾਂ, ਪੜ੍ਹਾਈ ਤੇ ਇਹ ਨਹੀਂ ਕਿ ਗੁਰਮਤ ਜਿਹੜੀ ਹੈ ਸਾਨੂੰ ਇਹ ਕਹਿੰਦੀ ਹੈ ਵੀ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈ ਜਾਂ ਦੁਨਿਆਵੀ ਵਿੱਦਿਆ ਪੜ੍ਹਨ ਤੋਂ ਸਾਨੂੰ ਰੋਕਦੀ ਹੈ। ਦੁਨਿਆਵੀ ਵਿੱਦਿਆ ਵੀ ਪੜ੍ਹਨੀ ਹੈ ਤੇ ਨਾਲ ਨਾਲ ਜਿਹੜੀ ਸਾਡੀ ਧਾਰਮਿਕ ਪੜ੍ਹਾਈ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਹੋਰ ਸਾਡੇ ਜਿਹੜੇ ਗ੍ਰੰਥ ਨੇ ਪੜ੍ਹਨ ਵਾਲੇ, ਜਿਹੜੇ ਗੁਰੂ ਕੇ ਪਿਆਰ ਵਾਲਿਓ, ਹੋਰ ਸਾਡਾ ਇਤਿਹਾਸ ਜਿਹੜਾ ਇਹ ਸਾਨੂੰ ਪੜ੍ਹਨਾ ਚਾਹੀਦਾ ਹੈ।
भगत कबीर जी ने अपने श्लोकां विच भी जिक्र किया है, कबीर मैं जानियो पढ़बो भलो पढ़बे सो पल जोग, भगत न छाड़ो राम की भावें निंदो लोग। कहंदे ने मैं पहला, क्योंकि बनारस दे रहन वाले ने, काशी दे रहन वाले ने, आले दुआले विद्वान पंडतां दे नाल वाह पैंदा, बड़े पढ़ते ने, पुराण पढ़ते ने, सिमरतियां पढ़ते ने, शास्त्र पढ़ते ने, वेद पढ़ते रहते ने। कहंदे ने इन्हां नूं वेख के मैं सोचिया भी पढ़ाई लिखाई एक बड़ा चंगा काम है, पर मैं गल इत्थे बेनती करां, इन्हां सोचो कि पढ़ना लिखना कोई चंगी गल नहीं है, जो इस भाव तो इत्थे भगत कबीर जी की समझा रहे ने। जे पढ़ के मनुख दे अंदर हंकार ही आउणा, भावें वह धार्मिक विद्या है ते भावें वह दुनियावी विद्या है, गुरु के प्यार वाले हो, फिर वो पढ़न दा पढ़िया मूर्ख आखी है जिस लभ लोभ अहंकारा, पढ़िया ना ही भेद बुझे है पावना, ते आशा की वार विच भी पढ़ पढ़ गड्डी लदीए, ते इत्थे जाके खीर ते नानक लेख है एक गल होर हौमे झकना झाक वाली गल कीती है। मैं परमात्मा की भगती नहीं छड़ांगा, जो तुसी मर्जी कर लैणा है, तुहाडी पढ़ाई नालों मैं ते अनपढ़ ही चंगा हाँ, एहो जी पढ़ाई नालों। फिर नाल ही अगे कहने कबीर, लोग कह निंदा बपुड़ा जिन मन नाही ज्ञान। कहने ने मैं सोचिया लोकी लोकां विचारे ने मैंने निंदिया की करनी है, इन्हां नूं जिन्हां नूं सोझी है कर भी लैन ते मैनूं कोई फर्क नहीं पैंदा। राम कबीरा रब रहे अवर तजे सब काम। कहंदे ने कबीर ते राम इत्थे इक हो गए ने, इक मिक हो गए ने, ते इत्थे गुरु के प्यार वालेओ भगत प्रहलाद जी भी उस करते अकाल पुरख वाहगुरु दे नाल इक मिक हो गए ने। इसे लिए फरमांदे ने भी मेरा होर किसी पढ़न लिखन दे नाल मेरा कोई कम नहीं, गुरबाणी विच चलो किसी मजबूरी बस कोई नहीं भी पढ़ सकिया, कई बार जरूरी नहीं सारे पढ़ जान, अखरी ज्ञान नहीं कईयां नूं, ना वह धार्मिक विद्या पढ़ सकते ने, ना दुनियावी विद्या पढ़ सकते ने, पर सुनते सकते ने ना उन्दर उन्होंने अंदर सुन के परमात्मा प्रति अपने गुरु प्रति प्रेम ते पैदा हो सकता है ना। इसलिए सतगुरों ने नाल नाल गुरबाणी च हर पक्ष तो सेध दिती, जो प्राणी गोविंद त्यावै पढ़िया अनपढ़िया परम गत पावे। आख्या पढ़िया होवै गुनाहगार ता उम्मी साधना मारीए, जे गुनाह किसे पढ़े लिखे ने कीता ओदी थां ते अनपढ़ नूं नहीं पढ़िया जाएगा, सजा ते उन्हें भुगतनी पवेगी, जिस पढ़े हुए मनुख ने गुना का गुनाह किया है। तो शब्द के पहले पदे विच भगत कबीर जी फुरमा रहे ने, प्रहलाद पठाए पढ़ निशाल संग सखा बहुलिए बाल, मोको कहा पढ़ावस आल जाल मेरी पट्टिया लिख देखे श्री गोपाल। गुरु ग्रंथ साहब अंदर कई अखरां नूं दो दो मात्रा आउंदियां ने, कई वारी सुहागन पढ़ लो, गोपाल पढ़ लो, गोविंद पढ़ लो, इत्थे जिहड़ा गोपाल शब्द आया इहनूं होड़ा भी लगा होया है ते इहनूं औंकड़ भी लगा होया है। हुण दो मात्रा जिहड़ियां ने इकट्ठियां आपां एक समय नहीं उचारण कर सकते, एक छड़नी पवेगी दूजी उचारण। यह फिर विद्वानां ने जो अपनी राय सम्मति प्रगटाई है वह कहंदे ने भी इहदा दो मात्रा का मतलब यह है भी असल पाठ भी नाल दिता है, पर इत्थे नाल असल पाठ नालों जिवें असल पाठ गोपाल है, पर इत्थे तुसी उचारण होड़ा छड़ के गोपाल करना है, क्योंकि होड़ा दीर्घ मात्रा है ते औंकड़ लघु मात्रा है, क्योंकि गुरबाणी रागों में है ना, बसंत राग चलता पिया ना, ते मात्रावां क्योंकि मात्रा में ही जदों आ जिहड़े ताल हुंदे ने मात्रा हुंदियां ने, तीन ताल दियां वक्खरियां मात्रा, कैरवे दी, दादरे दी, चप ताल, जिन्ने भी ताल ने बड़े ताल ने वख-वख सारियां मात्रावां, आ जिहड़ा घर शब्द है ये ताल नाल ही संबंधक है ना, संबंधित है। इसलिए इत्थे गोपाल दी कई तुसी जदों सहज पाठ बड़े प्यार नाल करोगे ना, एक ओंकार तो लैके अखीर तक नोट करते जायो भी गुरु ग्रंथ साहब अंदर किन्ने दो मात्रे शब्द आए ने, फिर तुहानू आप ही पता चल जाएगा। तो इत्थे भगत कबीर जी फरमांदे ने कि भगत प्रहलाद जी हुण कह रहे ने, जदों वो नहीं ना मन्ने हरनाक्ष द्वारा कहण दे समझाण ते, ते जदों इन्हां नू पढ़न वास्ते पढ़नशाल या पाठशाल इक्को ही गल है, जिथे पढ़ाया जाता है बच्चों, जिथे चेटड़िया चाटड़िया पढ़ाया जाता है
प्रहलाद जी नूं भी उत्थे पढ़न वास्ते भेज दिता गया। प्रहलाद पठाए पढ़नशाल, संग सखा बहूलिए बाल। कहिंदे ने नाल होर भी इन्हां दे बड़े संगी साथी ने, बाल मैंने छोटे छोटे बाल के पढ़न वाले। भगत प्रहलाद जी की उम्र दे गुरु ग्रंथ साहब अंदर जिथे भगत प्रहलाद जी का नाम आता है, उत्थे एक होर भगत भी भगत रूल जी का भी जिक्र आता है। ते एक थां ते भगत कबीर जी कहंदे ने, मैं परमात्मा का नाम इस तरह सिमरदा हाँ जिमें दृढ़ता दे नाल ध्रुव अते प्रहलाद ने सिमरिया राम जपो जी। ऐसे ऐसे ध्रुव प्रहलाद जप्यो हर जैसे। अज साढ़े परिवारों विचों भी कोई बचपन तो की गुरमत प्रति दृढ़ हो सकता है? अज भी ऐसिया घटनावां घटदियां ने, पहलियां भी घटदियां रहियां, अगों भी घटदियां रहन गईयां। दशमेश पिता जी दे छोटे लाल किन्नी उम्र है? 7-9 साल। छड़ दिओ, नहीं छड़ना। धर्म छड़ दिओ, क्यों छड़िए, फिर की हो जाएगा? दिल्ली विखे की गुरुद्वारा जो आपा शीशगंज साहिब गुरु तेग बहादुर साहब तो पहला भाई मती दास जी, भाई सती दास जी, भाई दयाला जी डरावे दिते जा रहे ने, छड़ दे ओ सिख धर्म, इस्लाम कबूल कर लवो। नहीं छड़ांगे, नहीं छोड़ो रे बाबा राम, क्यों छड़िए? गल ते दृढ़ इरादे दी है, जे दृढ़ता आ जाए, जेड़ी चीज चंगी लग जाए गुरु के प्यार वालियो, वो फिर छड़ी नहीं जा सकती। ते परमात्मा दे नाम तो उत्तम की हो सकता है? सब ते उत्तम हर की कथा। परमात्मा दे नाम तो महान की हो सकता है? धन श्री गुरु ग्रंथ साहिब पिता जी दी बाणी तो होर महान की हो सकता है? ये बाणी महापुरख की है गुरु के प्यार वाले। नाल संगत संगी साथी लए, मोको कहा पढ़ावस आल जाल। कहंदे ने की ऊल जलूल आ पट्टी ते लिख के सानू तुसी पढ़ाउंदे हो मेरी पट्टिया। जे तुसी लिखना ही है, जे तुसी लिखे बगैर नहीं रह सकते पांडा जी, ते मेरी पट्टिया ते श्री गोपाल लिख दो। उस परमात्मा की सिफसला लिखो जिहड़ा सारी धरती दे जीवन की प्रतपालना करदा है। ते शब्द का दूसरा पदा, संडै मरकै कहे ओ जाए, प्रहलाद बुलाए बेग ताए। जदों उन्होंने पढ़ाउण की कोशिश की, संडे ते मरके अध्यापक ने भगत प्रहलाद जी नू जदों, पर ओ नहीं मन्ने, फिर संडे ते मरके ने जाके हरनाक्ष कोल शिकायत की। गुरु के प्यार वालियो, भी ए जेड़ा ए साडे कहने तो बाहर है, प्रहलाद बुलाए बेग ताए। ते कहंदे ने फिर प्रहलाद नू जदों ए शिकायत की, आखन लगे छेती जिन्ना हो सकता है बेग मैंने छेती, जिन्ना छेती हो सकता है। धन गुरु रामदास पिता जी ने साडे ते कृपा की है, सानू समझाया कि सतगुरु नू जिन्ना छेती हो सकता है उन्नी छेती इस पासे लग जाओ। बेग बगाली शब्द पढ़ दें तनासरी राग अंदर, बेग मैंने छेती। कहंदे ने जिन्ना छेती हो सकता है उन्नू बुलाओ। ते जदों सुनेहा आ गया फिर लेके जान लगे, फिर उन्ना संडे ते मरके ने फिर समझाया, आखन लगे तेरा की विगड़द है, तू राम कहन की छोड़ बान। जिवें पिछे भैरो राग विच भगत नामदेव जी की बाणी दा आपां जो शब्द सी उहदी विचार सरवण कीती सी ना, कि छोड़ राम की ना भजें खुदाए, छड़ दे जे तैनूं खुदा भजन वास्ते। कहंदे ने कह दे की फर्क है? कहंदे मैं खुदा ते राम विच फर्क कोई नहीं समझदा, पर हुण ते मेरे ते इह जिद करके जो मैनूं कहलवा रहे ने ऐसा मैं बिल्कुल नहीं कहांगा। नाले इत्थे ते गल ही उल्ट है। उत्थे कहदा सी ना हो तेरा पुंगड़ा ना तू मेरी माए। ते दिल्ली विच ही गुरु के प्यार वालियो, महरोली जिथे बाबा बंदा सिंह बहादुर नू शहीद किया गया, वो छोटा अजे नौजवान बच्चा जिदा नवा नवा इतिहास कहिंदा विआह भी होया सी, मां दौड़ी आ गई पता लगा, वह भी सिखां नाल शहीदी का जाम पी रहा है। मां ने बड़े तरले पाए, फर्श कोल पहुंची, हथ जोड़े, पर जदों बच्चे कोल, उन्नू भी सोचा भी चलो एक सानू गल कहन नू मिल जाएगी। आ सिख जिहड़ा सी डर गया सी, वह कहिंदा नहीं मेरी मां झूठ बोल दी है, मैं ते गुरु का सिख हाँ, इसलिए तुसी मैनू अपने अकीदे तो थड़का नहीं सकते। तू राम कहन की छोड़ बाण। कहंदे ने परमात्मा दा नाम, बाण दा अर्थ हुंदा है आदत।
ਆਦਤ ਹੁੰਦੀ ਹੈ ਸੁਭਾਅ, ਕਹਿੰਦੇ ਨੇ ਮੇਰਾ ਸੁਭਾਅ ਪੱਕ ਗਿਆ ਮੈਂ ਨਹੀਂ ਛੱਡ ਸਕਦਾ। ਸੁਭਾਅ ਜਿਹੋ ਜਿਹਾ ਪੱਕ ਜਾਏ ਉਹ ਜਿਨ੍ਹਾਂ ਦੇ ਮਾੜੇ ਪਾਸੇ ਜਿਨ੍ਹਾਂ ਨੂੰ ਨਸ਼ੇ ਕਰਨ ਦਾ ਸੁਭਾਅ ਆਦਤ ਪੈ ਜਾਏ ਨਹੀਂ ਛੱਡ ਸਕਦੇ, ਮਰ ਜਾਣਗੇ, ਘਰ ਘਾਟ ਵੇਚ ਦੇਣਗੇ, ਨਸ਼ਾ ਨਹੀਂ ਸਰੀਰ ਬੇਸ਼ੱਕ ਛੱਡਦੇ ਨਸ਼ਾ ਕੋਈ ਨਹੀਂ ਛੱਡਣਗੇ। ਮਾੜੀਆਂ ਆਦਤਾਂ ਵੀ ਜਿਨ੍ਹਾਂ ਨੂੰ ਪੈ ਜਾਣ ਨਹੀਂ ਛੱਡਦੇ, ਅਤੇ ਮਾੜੀਆਂ ਆਦਤਾਂ ਜੇ ਕੋਈ ਨਹੀਂ ਛੱਡ ਸਕਦਾ ਤਾਂ ਜਿਨ੍ਹਾਂ ਨੂੰ ਚੰਗੀ ਆਦਤ ਪੈ ਜਾਏ ਉਹ ਕਿਵੇਂ ਛੱਡ ਸਕਦੇ ਨੇ, ਉਹ ਕਿਉਂ ਛੱਡਣਗੇ ਗੁਰੂ ਕੇ ਪਿਆਰ ਵਾਲਿਓ। ਅਤੇ ਇੱਥੇ ਕਹਿੰਦੇ ਨੇ ਤੂੰ ਰਾਮ ਕਹਿਣ ਕੀ ਛੋਡ ਬਾਨ ਤੁਝ ਤੁਰਤ ਛਡਾਊਂ ਮੇਰੋ ਕਹਿਓ। ਜੇ ਸਾਡਾ ਕਹਿਆ ਮੰਨ ਲੈਗਾ ਨਾ ਅਸੀਂ ਸਿਫਾਰਿਸ਼ ਕਰ ਦੇਵਾਂਗੇ, ਚਲੋ ਕੋਈ ਨਹੀਂ ਬੱਚਾ ਏ, ਹਰਨਾਕਸ਼ ਨੂੰ ਕਹਿ ਦੇਵਾਂਗੇ ਇਹ ਤੋਂ ਗਲਤੀ ਹੋ ਗਈ ਏ, ਇਹਨੂੰ ਮੁਆਫ਼ ਕਰ ਦਿਓ। ਪਰ ਅੱਗੋਂ ਕੀ ਕਹਿੰਦੇ ਨੇ ਮੋਕੋ ਕਹਾ ਸਤਾਵੋ ਵਾਰ ਵਾਰ। ਤੁਹਾਨੂੰ ਸਮਝ ਨਹੀਂ ਆਉਂਦੀ, ਮੈਂ ਇੱਕ ਵਾਰੀ ਗੱਲ ਤੁਹਾਨੂੰ ਸਮਝਾ ਦਿੱਤੀ, ਫਿਰ ਵਾਰ ਵਾਰ ਆ ਕੇ ਮੈਨੂੰ ਸਤਾਉਂਦੇ ਹੋ, ਦੁਖੀ ਕਰਦੇ ਹੋ, ਛੱਡਦੇ ਛੱਡਦੇ ਕਿਉਂ ਛੱਡਾਂ? ਕੋਈ ਮਾੜੀ ਗੱਲ ਮੈਂ ਕਹਿ ਰਿਹਾ ਵਾਂ ਕਿਉਂ ਛੱਡਾਂ? ਬੇਸ਼ੱਕ ਮੇਰੇ ਪਿਤਾ ਨੇ, ਪਿਤਾ ਹੋਣ ਦੇ ਨਾਤੇ ਮੈਂ ਇਹਨਾਂ ਦਾ ਅਦਬ ਸਤਿਕਾਰ ਕਰਦਾ ਹਾਂ, ਜਿੰਨਾ ਚਿਰ ਜਿਉਂਦੇ ਨੇ ਕਰਦਾ ਵੀ ਰਹਾਂਗਾ। ਮੇਰੇ ਪਿਤਾ ਨੇ, ਇਹਨਾਂ ਦੇ ਥਰੂ ਮੈਂ ਸੰਸਾਰ ਵਿੱਚ ਆਇਆ, ਇਹਨਾਂ ਨੂੰ ਵੀ ਮਾਲਕ ਨੇ ਭੇਜਿਆ ਅਤੇ ਮੈਨੂੰ ਮਾਲਕ ਨੇ ਭੇਜਿਆ, ਪਰ ਇਹ ਪਰਮਾਤਮਾ ਨਹੀਂ, ਇਹਦੇ ਅੰਦਰ ਪਰਮਾਤਮਾ ਦੀ ਅੰਸ਼ ਹੈ, ਉਹ ਮੇਰੇ ਵਿੱਚ ਵੀ ਹੈ, ਉਹ ਸਾਰਿਆਂ ਵਿੱਚ ਵੀ ਹੈ। ਕਈ ਵਾਰੀ ਅਸੀਂ ਵੀ ਭੁਲੇਖੇ ਵਿੱਚ ਕਿਸੇ ਨੂੰ ਰਾਬੀ ਬਣਾ ਦਿੰਦੇ ਹਾਂ। ਗੁਰੂ ਕੇ ਪਿਆਰ ਵਾਲਿਓ, ਇਹਨਾਂ ਭੁਲੇਖਿਆਂ ਤੋਂ ਦੂਰ ਰਹੋ। ਕਹਿੰਦੇ ਨੇ ਪ੍ਰਭ ਜਲ ਥਲ ਗਿਰ ਕੀਏ ਪਹਾੜ। ਉਹ ਪ੍ਰਭੂ ਜਿਨ੍ਹੇ ਜਲ ਥਲ ਇਹ ਸਾਰੇ ਜਿਹੜੇ ਪਹਾੜ ਇਹ ਸਾਰੇ ਉਹਦੇ ਬਣਾਏ ਹੋਏ ਨੇ, ਇੱਕ ਰਾਮ ਨਾ ਛੋਡੋ ਗੁਰੇ ਗਾਰ। ਕਹਿੰਦੇ ਨੇ ਮੈਂ ਇੱਕ ਪਰਮਾਤਮਾ ਦਾ ਰਾਮ ਨਾਮ ਨਹੀਂ ਛੱਡ, ਮੇਰੇ ਗੁਰੂ ਨੂੰ ਗਾਲ ਲੱਗੇਗੀ, ਭਾਵ ਮੇਰੇ ਗੁਰੂ ਦੀ ਬਦਨਾਮੀ ਹੋਵੇਗੀ। ਓਏ ਗੁਰੂ ਕੇ ਸਿੱਖਾ, ਜਦੋਂ ਤੂੰ ਦਸਤਾਰ ਸਾਰਾ ਕੁਝ ਤੇਰਾ ਵੇਖਣ ਨੂੰ, ਭਾਵੇਂ ਸੌ ਕਾਲ ਦੀ ਤੂੰ ਸਿੱਖ ਹੋਵੇਂ, ਜਦੋਂ ਤੂੰ ਐਸਾ ਕੰਮ ਕਰਦਾ ਤੂੰ ਵੀ ਆ ਪੰਕਤੀ ਚੇਤੇ ਰੱਖਿਆ ਕਰ, ਇੱਕ ਰਾਮ ਨਾ ਛੋਡੋ ਗੁਰੇ ਗਾਰ। ਮੇਰੇ ਗੁਰੂ ਨੂੰ ਗਾਲ, ਗਾਰ ਸ਼ਬਦ ਗਾਲ ਵਾਸਤੇ ਹੈ, ਭਾਵ ਮੇਰੇ ਗੁਰੂ ਦੀ ਬਦਨਾਮੀ ਹੋਵੇਗੀ, ਮੈਂ ਨਹੀਂ ਛੱਡਾਂਗਾ। ਮੈਂ ਜੋ ਮੈਨੂੰ ਕਿਸੇ ਨੇ ਸਿਖਾਇਆ ਉਹ 'ਤੇ ਮੈਂ ਦ੍ਰਿੜ ਹਾਂ, ਅਤੇ ਸਾਨੂੰ ਵੀ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਅਸੀਂ ਸਤਿਗੁਰੂ ਦੇ ਮੰਤਰ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਕਿਹੜੇ ਜੰਤਰਾਂ ਮੰਤਰਾਂ ਤੰਤਰਾਂ ਵਿੱਚ ਪਏ ਹੋਏ ਹਾਂ, ਪਤਾ ਨਹੀਂ ਕਿਹੜੇ ਪਾਸੇ ਭਟਕੇ ਹੋਏ ਹਾਂ, ਕੋਈ ਕਿਸੇ ਪਾਸੇ ਤੁਰਿਆ ਫਿਰਦਾ, ਕੋਈ ਕਿਸੇ ਪਾਸੇ ਨਹੀਂ। ਗੁਰੂ ਕੇ ਪਿਆਰ ਵਾਲਿਓ, ਮੈਂ ਅਸੀਂ ਵੀ ਕਹਿ ਸਕੀਏ ਦਾਅਵੇ ਨਾਲ ਭਗਤ ਪ੍ਰਹਿਲਾਦ ਵਾਂਗੂ, ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ, ਮੈਂ ਗੁਰਮਤਿ ਸਿਧਾਂਤਾਂ ਤੋਂ ਮੁੱਖ ਨਹੀਂ ਮੋੜਾਂਗਾ, ਭਾਵੇਂ ਇਹਦੇ ਲਈ ਜੋ ਮਰਜ਼ੀ ਮੈਨੂੰ ਕੁਰਬਾਨ ਕਰਨਾ ਪੈ ਜਾਵੇ। ਮੋਕੋ ਘਾਲ ਜਾਰ, ਭਾਵੇਂ ਮੈਨੂੰ ਸਾੜ ਦਿਓ, ਕੀ ਕਰ ਲਓਗੇ, ਮਾਰ ਹੀ ਦਿਓਗੇ ਨਾ, ਭਾਵੇਂ ਮਾਰ ਡਰ ਮਾਰ ਦਿਓਗੇ, ਜਾਨ ਹੋਰ ਕੀ ਕਹੋਗੇ, ਇਹ ਕਹੋਗੇ ਨਾ ਪ੍ਰਹਿਲਾਦ ਮਰ ਗਿਆ, ਹੋਰ ਕੀ ਹੈ, ਮੈਂ ਮਰ ਜਾਵਾਂਗਾ ਪਰ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ, ਜੋ ਮਰਜ਼ੀ ਕਰ ਲਵੋ। ਗੁਰੂ ਕੇ ਪਿਆਰ ਵਾਲਿਓ, ਜਿਹੜੇ ਇਸਰਾ ਧਰਮ ਤੋਂ ਆਪਾਂ ਕੁਰਬਾਨ ਕਰ ਜਾਂਦੇ ਨੇ ਨਾ, ਉਹ ਸਦਾ ਲਈ ਅਮਰ ਹੋ ਜਾਂਦੇ ਨੇ। ਸਾਡੀ ਅਰਦਾਸ ਦੇ ਪਹਿਲੇ ਚੈਪਟਰ ਤੋਂ ਅੱਗੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਵਾਲਾ, ਜਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਸ ਚੀਜ਼ ਦਿੱਤੇ ਬੰਦ ਬੰਦ ਕਟਾਏ, ਉਹ ਪੜ੍ਹੋ, ਉਹ ਕਿਹਨਾਂ ਵਾਸਤੇ ਹੈ, ਜਿਹੜੇ ਦ੍ਰਿੜ ਰਹੇ ਨੇ ਆਪਣੇ ਇਰਾਦਿਆਂ 'ਤੇ। ਅਤੇ ਅੱਗੇ ਬਖਸ਼ਿਸ਼ ਕਰਦੇ ਨੇ ਭਗਤ ਕਬੀਰ ਜੀ, ਕਾਢ ਖੜਗ ਕੋਪਿਓ ਰਸਾਏ। ਫਿਰ ਹਰਨਾਕਸ਼ ਉੱਤੇ ਪਹੁੰਚ ਗਿਆ, ਤਲਵਾਰ ਉਹਨੇ ਕੱਢ ਲਈ, ਕੋਪਿਓ ਗੁੱਸੇ ਵਿੱਚ ਆ ਗਿਆ, ਤੁਝ ਰੱਖਣ ਹਾਰੋ ਮੋਹੇ ਬਿਤਾਏ। ਕਹਿੰਦੇ ਦੱਸ ਤੈਨੂੰ ਰੱਖਣ ਵਾਲਾ ਕਿਹੜਾ ਹੈ, ਅਸੀਂ ਵੀ ਕਈ ਵਾਰ ਕਹਿੰਦੇ ਤੈਨੂੰ ਰੱਖਣ ਵਾਲਾ ਕਿਹੜਾ ਹੈ। ਯਾਦ ਰੱਖਿਓ ਮਾਰੇ ਨਾ ਰੱਖੇ ਅਵਰ ਨਾ ਕੋਏ ਸਰਬ ਜੀਆਂ ਕਰ ਰੱਖਾ ਸੋਏ। ਅਤੇ ਕਹਿੰਦੇ ਨੇ ਮੈਨੂੰ ਦੱਸ, ਅਤੇ ਉਸੇ ਵੇਲੇ ਜੋ ਪ੍ਰਚਲਿਤ ਗਾਥਾ ਮੁਤਾਬਕ, ਜਿਵੇਂ ਮੋਈ ਗਊ ਵਾਲੇ ਸ਼ਬਦ ਵਿੱਚ ਉਹ ਪ੍ਰਕਰਨ ਸੀ ਭਗਤ ਨਾਮਦੀਵ ਨੇ, ਇੱਥੇ ਵੀ ਉਹੀ ਪ੍ਰਚਲਿਤ। ਪ੍ਰਭ ਥੰਮ ਤੇ ਨਿਕਸੇ ਕਹਿ ਵਿਸਥਾਰ, ਕਿਉਂਕਿ ਹਰਨਾਕਸ਼ ਨੇ ਕਹਿੰਦੇ ਨੇ ਵਰ ਲਿਆ ਹੋਇਆ, ਇਸ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਰਾਤੀ ਮਰਾਂ ਨਾ ਦਿਨੇ ਮਰਾਂ, ਨਾ ਕਿਸੇ ਜਾਨਵਰ ਤੋਂ ਮਰਾਂ, ਨਾ ਕਿਸੇ ਬੰਦੇ ਤੋਂ ਮਰਾਂ, ਨਾ ਕਿਸੇ ਸ਼ਸਤਰ ਨਾਲ ਮੇਰਾ ਆਹ ਕੁਝ ਐਸਾ, ਜੋ ਕਹਾਣੀ ਬਣਾਈ ਗਈ ਹੈ। ਕਹਿੰਦੇ ਨੇ ਉੱਥੋਂ ਫਿਰ ਨਿਕਲੇ, ਥੰਬ ਤੋਂ ਨਿਕਲੇ ਪਰਮਾਤਮਾ, ਹਰਨਾਕਸ਼ ਛੇਦਿਓ ਆਪਣੇ ਨਹੁੰਆਂ ਦੇ ਨਾਲ, ਆਪਣੇ ਪੱਟਾਂ 'ਤੇ ਰੱਖ ਕੇ ਉਸ ਹਰਨਾਕਸ਼ ਨੂੰ ਨੱਖਾਂ ਦੇ ਨਾਲ, ਆਪਣੇ ਨਹੁੰਆਂ ਦੇ ਨਾਲ ਪਾੜ ਸੁੱਟਿਆ। ਫਿਰ ਅਖੀਰ ਦੇ ਪਦੇ ਵਿੱਚ ਜਾ ਕੇ ਭਗਤ ਕਬੀਰ ਜੀ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਸਲਾ ਕਰਦੇ ਨੇ, ਓਏ ਪਰਮ ਪੁਰਖ ਦੇਵਾਧ ਦੇਵ। ਉਹ ਦੇਵਤਾਂ ਦੇ ਦੇਵਤਿਆਂ ਦੇ ਦੇਵਤੇ ਨੇ, ਪਰਮ ਪੁਰਖ ਨੇ ਗੁਰੂ ਕੇ ਪਿਆਰ ਵਾਲਿਓ। ਇਸ ਲਈ ਉਸ ਪਰਮ ਪੁਰਖ ਨੂੰ ਛੱਡ ਕੇ ਸਾਨੂੰ ਵੀ ਕਿਸੇ ਹੋਰ ਦਾ ਪੱਲਾ ਨਹੀਂ ਪਕੜਨਾ ਚਾਹੀਦਾ। ਇੱਥੇ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ, ਸਰੀਰ ਨੂੰ ਨਹੀਂ ਮੰਨਿਆ ਭਗਤ ਪ੍ਰਹਿਲਾਦ ਨੇ, ਲੱਖ ਯਤਨ ਕਰ ਲਏ ਸਰੀਰ ਨਾਲ ਜੁੜ ਜਾ, ਕਹਿੰਦਾ ਨਾ, ਜੋ ਮੇਰੇ ਪਿਤਾ ਵਿੱਚ ਜੋਤ ਹੈ, ਮੇਰੇ ਵਿੱਚ ਜੋਤ ਹੈ, ਮੈਂ ਤੇ ਜੋਤ ਨਾਲ ਜੁੜਾਂਗਾ।
ਅੱਜ ਸਾਨੂੰ ਵੀ ਸਰੀਰਾਂ ਨਾਲ ਨਹੀਂ ਗੁਰੂ ਕੇ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਗਮਨਪੁਰ ਮਨਾ ਰਹੇ ਹਾਂ 550 ਸਾਲਾਂ, ਅਤੇ ਸਤਿਗੁਰੂ ਨੇ ਸ਼ਬਦ ਦੀ ਪ੍ਰੋੜਤਾ ਕੀਤੀ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਗ, ਭਗਤ ਹੇਤ ਨਰ ਸਿੰਘ ਭੇਵ। ਕਹਿੰਦੇ ਨੇ ਆਪਣੇ ਪ੍ਰਹਿਲਾਦ ਭਗਤੀ 'ਤੇ ਪ੍ਰਸੰਨ ਹੋ ਕੇ ਉਹਦੀ ਰੱਖਿਆ ਕਰਨ ਵਾਸਤੇ ਹੀ ਇਹ ਨਰਸਿੰਘ ਵਾਲਾ ਰੂਪ ਜਿਹੜਾ ਧਾਰਨ ਕੀਤਾ। ਕਹਿ ਕਬੀਰ ਕੋ ਲਖੈ ਨਾ ਪਾਰ, ਭਗਤ ਕਬੀਰ ਜੀ ਫੁਰਮਾਉਂਦੇ ਨੇ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਪਾਰਲਾ ਪਾਸਾ ਕੋਈ ਅੰਤ ਨਹੀਂ ਪਾ ਸਕਦਾ। ਪ੍ਰਹਿਲਾਦ ਉਧਾਰੇ ਅਨੇਕ ਵਾਰ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਇੱਥੇ ਅਨੇਕ ਸ਼ਬਦ ਵਰਤੇ ਹੈ, ਪਤਾ ਨਹੀਂ ਕਿੰਨੇ ਵਾਰ ਵਾਰ ਤਸੀਹੇ ਦਿੱਤੇ ਜਾਂਦੇ ਹੋਣਗੇ, ਅਤੇ ਉਸ ਪ੍ਰਹਿਲਾਦ ਦੀ ਰੱਖਿਆ ਕੀਤੀ। ਸਤਿਗੁਰੂ ਗੁਰਦੇਵ ਪਿਤਾ ਜੀ ਬਖਸ਼ਿਸ਼ ਕਰਨ, ਮੈਂ ਜੋ ਅਰੰਭਤਾ ਵਿੱਚ ਕਿਹਾ ਸੀ ਇਹ ਸ਼ਬਦ ਦਾ ਸਮੁੱਚਾ ਭਾਵ ਇਹ ਹੈ ਵੀ ਜਿਹੜਾ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਨਿਰਭਉ ਦਾ ਸਿਮਰਨ ਕਰਦਾ ਹੈ ਉਹਦੀ ਆਤਮਕ ਅਵਸਥਾ ਵੀ ਇਹੋ ਜਿਹੀ ਬਣ ਜਾਂਦੀ ਹੈ, ਉਹ ਵੀ ਫਿਰ ਕਿਸੇ ਤੋਂ ਫਿਰ ਡਰਦਾ ਨਹੀਂ, ਡਰਦਾ ਨਹੀਂ, ਡਰ ਕਿਸੇ ਡਰਾਈ ਜਾਂਦਾ। ਪੈ ਕਾਹੂ ਕੋ ਦੇਤਨੈ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਹੇ ਬਖਾਨ। ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਣੀ ਰਹਿਮਤ ਬਖਸ਼ਿਸ਼ ਕਰਕੇ ਲੜੀਵਾਰ ਗੁਰਬਾਣੀ ਵਿੱਚੋਂ, ਭਗਤ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਸ਼ਬਦ ਦੀ ਵਿਚਾਰ ਕਰਵਾਈ ਹੈ। ਵਿਚਾਰ ਕਰਦੇ ਹਾਂ, ਭੁੱਲਾਂ ਹੋ ਜਾਂਦੀਆਂ ਨੇ, ਮੇਰੀਆਂ ਭੁੱਲਾਂ ਨਾ ਚਿਤਾਰਨੀਆਂ, ਸਤਿਗੁਰੂ ਅੱਗੇ ਅਰਦਾਸ ਕਰਨੀ। ਇਸੇ ਤਰ੍ਹਾਂ ਹੀ ਸਤਿਗੁਰੂ ਦਿੱਤਾ ਦੇ ਨਾਲ ਸ਼ਬਦ ਵਿਚਾਰ ਦੀ ਸੇਵਾ ਲੈਂਦੇ ਰਹਿਣ। ਸਭ ਦਾ ਧੰਨਵਾਦ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।